ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਅਗਰ ਅੱਜ ਸਾਡੀ ਕੌਮ ਦੀ ਗੱਲ ਆਂਦੀ ਹੈ ਸਾਡੇ ਮੁਲਕ ਦੀ ਗੱਲ ਆਂਦੀ ਹੈ ਸਾਡੇ ਇਤਿਹਾਸ ਤੇ ਸਾਡੀ ਜੜਾਂ ਦੀ ਗੱਲ ਆਂਦੀ ਹੈ ਇੱਕ ਮੁੱਦਾ ਸਭ ਤੋਂ ਵੱਡਾ ਮੁੱਦਾ ਸਾਡੇ ਲਈ ਅੱਜ ਬਣਿਆ ਹੋਇਆ ਮੈਂ ਕਿਸਾਨਾਂ ਦੀ ਸਟਰਗਲ ਦੀ ਗੱਲ ਕਰ ਰਹੀ ਹਾਂ ਜੋ ਪ੍ਰੋਟੈਸਟ ਇੰਡੀਆ ਵਿੱਚ ਹੋ ਰਹੀਆਂ ਆਮ ਜਿਨ੍ਹਾਂ ਨੂੰ ਸਾਡੇ ਲਈ ਤਾਂ ਇਹ ਚੀਜ਼ ਨੂੰ ਆਪਾਂ ਸ਼ੁਰੂਆਤ ਤੋਂ ਫੋਲੋ ਕਰ ਰਹੇ ਹਾਂ ਉਹਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜਦੋਂ ਸਾਡੇ ਕਿਸਾਨ ਦਿੱਲੀ ਪਹੁੰਚ ਚੁੱਕੇ ਐ ਦੋ ਵੱਡੀ ਚੀਜ਼ਾਂ ਤੇ ਸਾਡੀ ਨਜ਼ਰ ਹੈਗੀ ਇੱਕ ਕਿਸ ਤਰ੍ਹਾਂ ਜੋ ਔਨ ਦਾ ਗਰਾਉਂਡ ਕਿਸਾਨ ਬਜ਼ੁਰਗ ਨੌਜਵਾਨ ਬੱਚੇ ਇਸ ਚੀਜ਼ ਤੇ ਔਨ ਦਾ ਗਰਾਉਂਡ ਫਰੰਟ ਲਾਈਨ ਤੇ ਖੜ ਕੇ ਉਹਦੇ ਲਈ ਲੜ ਰਹੇ ਉਹਨਾਂ ਦੀ ਕਿਸ ਤਰ੍ਹਾਂ ਸਪੋਰਟ ਕੀਤੀ ਜਾ ਸਕਦੀ ਹੈ ਤੇ ਦੂਜੀ ਜੋ ਨੇਗੋਸ਼ੀਏਸ਼ਨਸ ਹੋਨੀਆ ਚੈਦੀਆ ਗਵਰਨਮੈਂਟ ਦੇ ਵਿੱਚ ਕੇਂਦਰ ਸਰਕਾਰ ਤੇ ਸਾਡੇ ਕਿਸਾਨ ਯੂਨੀਅਨ ਲੀਡਰਸ ਦੇ ਨਾਲ ਉਹਦਾ ਕੀ ਨਤੀਜਾ ਹੁੰਦਾ ਹੈ ਉਹ ਕਨਵਰਸੇਸ਼ਨਸ ਕਿਸ ਪਾਸੇ ਤੇ ਕਿਸ ਤਰ੍ਹਾਂ ਪਲੇਆਊਟ ਹੁੰਦੀਆਂ ਬਟ ਸਭ ਤੋਂ ਇੰਪੋਰਟੈਂਟ ਪ੍ਰਾਇੋਰਟੀ ਸਾਨੂੰ ਸਾਰਿਆਂ ਨੂੰ ਅੱਜ ਦੀ ਡੇਟ ਦੇ ਵਿੱਚ ਸਾਡੀ ਸਪੋਰਟ ਦੇ ਵਿੱਚ ਪਾਣੀ ਚਾਹੀਦੀ ਹੈ ਕਿ ਕੌਣ ਉਹ ਸੰਸਥਾਵਾਂ ਹਨ ਕੌਣ ਉਹ ਲੋਕੀ ਹਨ ਜੋ ਇੰਡੀਵਿਜੂਅਲ ਤੌਰ ਤੇ ਜਾਂ ਇੱਕ ਆਰਗੇਨਾਈਜੇਸ਼ਨਲ ਤੌਰ ਤੇ ਇਸ ਲੜਾਈ ਵਿੱਚ ਆਪਣੀ ਸਪੋਰਟ ਪਾ ਰਹੇ ਹੈ ਆਪਣਾ ਸਹਿਯੋਗ ਪਾ ਰਹੇ ਤੇ ਉਹਨਾਂ ਦੇ ਨਾਲ ਖੜੇ ਹੈ ਈਵਨ ਦੋ ਫਰੰਟ ਲਾਈਨਸ ਦੇ ਵਿੱਚ ਆਪਾਂ ਨਹੀਂ ਜਾ ਸਕਦੇ ਆਪਣੀ ਸਪੋਰਟ ਆਪਾਂ ਜ਼ਰੂਰ ਉਹਨਾਂ ਦੇ ਨਾਲ ਪਾ ਸਕਦੇ ਹਾਂ ਜੋ ਉੱਥੇ ਹੈਗੇ ਇਸ ਵੇਲੇ ਸੋ ਅੱਜ ਬਿਲਕੁਲ ਲਾਈਵ ਪ੍ਰੋਗਰਾਮ ਤੁਹਾਡੇ ਲੈ ਕੇ ਆਏ ਆ ਤੁਸੀਂ ਵੀ ਕਾਲ ਕਰਕੇ ਪਾਰਟਿਸਿਪੇਟ ਕਰਕੇ ਆਪਣੀ ਆਵਾਜ਼ ਸੁਣ ਨਾਓ ਕਿ ਕਿਸ ਤਰ੍ਹਾਂ ਤੁਸੀਂ ਸਪੋਰਟ ਕਰ ਰਹੇ ਹੋ ਇਸ ਕੌਜ਼ ਨੂੰ ਇਹ ਕੌਜ਼ ਜੋ ਸਾਡਾ ਸਾਰਿਆਂ ਦਾ ਹੈਗਾ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਇਹੋ ਜੀ ਸੰਸਥਾ ਨੂੰ ਮਿਲਾਨਾ ਚਾਹੁੰਦੀ ਆ ਜੋ ਬਹੁਤ ਹੀ ਵੱਡੇ ਲੈਵਲ ਤੇ ਆਪਣੀ ਸਪੋਰਟ ਪਾ ਰਹੀ ਹੈ ਇਸ ਕੌਜ਼ ਦੇ ਵਿੱਚ ਤੇ ਉਹਨਾਂ ਨੂੰ ਹੈਲਪ ਕਰ ਰਹੀ ਔਨ ਦਾ ਗਰਾਉਂਡ ਵੱਖ-ਵੱਖ ਤਰੀਕਿਆਂ ਨਾਲ ਜੋ ਇਸ ਚੀਜ਼ ਨੂੰ ਅੱਗੇ ਵਧਾ ਰਿਹਾ ਹੈ ਸੋ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਮੀਨੂ ਸਟੂਡੀਓ ਵਿੱਚ ਅੱਜ ਗੈਸ ਸਾਨੂੰ ਜੁਆਇਨ ਕਰ ਰਿਹਾ ਹੈ ਫਰਮ ਦੀ ਆਰਗੇਨਾਈਜੇਸ਼ਨ ਯੂਨਾਈਟਿਡ 6 ਸਭ ਤੋਂ ਪਹਿਲੇ ਤੋਂ ਅਨੁਸਾਰਿਆਂ ਨੂੰ ਸਵਾਗਤ ਸਾਡੇ ਸਟੂਡੀਓ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਆ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਸਾਡੇ ਨਾਲ ਮੌਜੂਦ ਹਨ ਜਤਿੰਦਰ ਸਿੰਘ ਜੀ ਨਿਊਯਾਰਕ ਤੋਂ ਤੁਸੀਂ ਡਾਇਰੈਕਟਰ ਹੋ ਯੂਨਾਈਟਿਡ 6 ਦੇ ਐਂਡ ਯੂਵ ਬੀਨ ਆਰਗੇਨਾਈਜੇਸ਼ਨ ਦੇ ਨਾਲ ਸ਼ੁਰੂਆਤ ਤੋਂ ਤੁਸੀਂ ਜੁੜੇ ਹੋਏ ਹੋ ਜਤਿੰਦਰ ਜੀ ਤੁਹਾਡਾ ਸਵਾਗਤ ਸਾਡੇ ਪ੍ਰੋਗਰਾਮ ਦੇ ਵਿੱਚ ਇਸ ਸ਼ੋਅ ਦੇ ਵਿੱਚ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਵਰਕ ਵਰਕ ਹੋਟੀ ਮੈਂਬਰਸ ਇਸ ਸੰਸਾਦ ਦੇ ਜੁੜਨਗੇ ਤੇ ਔਨ ਦਾ ਗਰਾਉਂਡ ਆਪਾਂ ਕੁਝ ਜਾਣਕਾਰੀ ਲੋਕਾਂ ਨਾਲ ਸ਼ੇਅਰ ਕਰਨੀ ਬਚਿਤਿੰਦਰ ਜੀ ਮੈਂ ਚਾਹੰਦੀ ਆ ਕਿ ਤੁਸੀਂ ਸਾਨੂੰ ਦੱਸੋ ਕਿ ਇਹ ਯੰਗ ਬੱਚੇ ਸਾਡੇ ਨਾਲ ਜੋ ਜੁੜੇ ਇਹ ਕੌਣ ਹਨ ਠੀਕ ਹੈ ਉਸ ਤੋਂ ਪਹਿਲਾਂ ਮੈਂ ਸਾਰੀ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦੇਣਾ ਚਾਹਾਂਗਾ ਸਾਰਿਆਂ ਨੂੰ ਜੀ ਸਾਰੀ ਮਨੁੱਖਤਾ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਸ ਮਹਾਨ ਦਿਨ ਦੇ ਉੱਤੇ ਜਿੱਥੇ ਇਹਨੀ ਸੇਵਾਵਾਂ ਚੱਲ ਰਹੀਆਂ ਇੰਡੀਆ ਦੇ ਵਿੱਚ ਇੰਟਰੋਡਕਸ਼ਨ ਸ਼ੁਰੂ ਕਰਦੇ ਆ ਸਾਡੇ ਨਾਲ ਸਾਡੇ 96 ਦੇ ਵੌਲੰਟੀਅਰ ਜੁੜੇ ਹੋਏ ਨੇ ਆ ਇਹ ਵੌਲੰਟੀਅਰਸ ਆਈਡ ਤੋਂ ਬਿਸਾਈਡਜ਼ ਬੀਇੰਗ ਵੌਲੰਟੀਅਰਸ ਦੇ ਆਰ ਆਲਸੋ ਕਾਲਜ ਸਟੂਡੈਂਟਸ ਆ ਫਰੋਮ ਬਰੂ ਕਾਲਜ ਸਿਟੀ ਯੂਨੀਵਰਸਿਟੀ ਆਫ ਨਿਊਯਾਰਕ ਆ ਟੂ ਸੀ ਊਡ ਯੂ ਲਾਈਕ ਟੂ ਸੇ ਕੁਪਲ ਵਰਡਸ ਯੋ ਵੁੱਡ ਵਾਈਗੁਟੀਕਾ ਕਾਸਾ ਵਾਈਗੁਟੀਕੀ ਫਤੇ ਮੇਰਾ ਨਾਮ ਹੈ ਸਦਲੀਨ ਕੋਰਟ ਐਂਡ ਆਮ ਦਾ ਵਾਈਸ ਪ੍ਰੈਜ਼ੀਡੈਂਟ ਆਫ ਦ ਬਰੂ ਕਾਲਜ Sex Student Association. They yeah. are So, my name is Kiran, and I'm the president of the Burkinabe Sex Student Association. Nale youth banke. Sada har jonda. Sadi responsibility to support everything that's happening now in India and. And beyond. And besides that, even local campus, the pre-COVID and even during COVID, Jad sada school, virtual, just um, we've been do, we've been having events online. They even prior to COVID, in school on campus, we would have sicky awareness events, um, just to let everyone know on campus, almost vihazad students hanging a campus. there so we would let everyone know who sick are that there's such a huge sick population in New York. They also at Brew College and throughout the city. um and it it's honestly beyond us so very good work very yeah. good uh నా సదస్వర్జోత్ సింగ్ వైగేజి ఖాల్సా వైగేజి ఫతే నా నామ్ స్వార్జోత్ సింగ్ హై జీ మే యునైటెడ్ సెక్షనల్ వాలంటీర్ వర్క్ కర్దా మే इक కసాని ఫ్యామిలీ తో ఆనా mere dada ji mere father saab kisan ne te isli jo utthe ik jang chal rahi hai main onu ik jang kawanga kyuki utthe jang da maidan baneya hai dekho ik pole ne hatthe kisanan de utte ਉਹ ਵਾਟਰ ਕੈਨਨਸ ਚਲਾ ਰਹੇ ਨੇ ਉੱਥੇ ਉਹਨਾਂ ਤੇ ਲਾਠੀ ਚਾਰਜ ਕਰ ਰਹੇ ਨੇ ਉਹਨਾਂ ਨੂੰ ਇੱਕ ਪੀਸਫੁਲ ਪ੍ਰੋਟੈਸਟ ਕਰਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਇੱਕ ਬੈਰੀਅਰਸ ਲਗਾ ਕੇ ਰੋਕਿਆ ਗਿਆ ਐਦਾ ਲੱਗ ਰਿਹਾ ਜਿਵੇਂ ਆਪਣੇ ਹੱਕ ਹੀ ਲੈਣੇ ਔਖੇ ਹੋਏ ਹੋਏ ਨੇ ਉਹ ਦੇਖ ਕੇ ਸਾਨੂੰ ਵੀ ਕਿਸੇ ਤਰ੍ਹਾਂ ਅੰਦਰੋਂ ਰੂਹ ਝੰਜੋੜੀ ਜਾਂਦੀ ਹੈ ਫੀਲ ਹੁੰਦਾ ਵੀ ਕਾਸ਼ ਅਸੀਂ ਉੱਥੇ ਜਾ ਕੇ ਕੁਝ ਹੈਲਪ ਕਰ ਸਕੀਏ ਪਰ ਹੁਣ ਜਸ ਮੀਡੀਆ ਦੇ ਦੌਰਾਨ ਥਰੂ ਅਸੀਂ ਤੁਹਾਨੂੰ ਜਾਗਰੂਕ ਕਰਨਾ ਚਾਹੁੰਦੇ ਆ ਤੇ ਚਾਹੁੰਦੇ ਆ ਤੁਸੀਂ ਸਾਡੀ ਹੈਲਪ ਕਰੋ ਯੂਨਾਈਟਿਡ ਸਿਕਸ ਦੀ ਹੈਲਪ ਕਰੋ ਅਸੀਂ ਉੱਥੇ ਔਨ ਦਾ ਗਰਾਉਂਡ ਕਿਸਾਨਾਂ ਦੀ ਬਹੁਤ ਜ਼ਿਆਦਾ ਮਦਦ ਕਰ ਰਹੇ ਆ ਤੇ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਹੋਰ ਉਹਨਾਂ ਦੀ ਹੈਲਪ ਕਰ ਸਕਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤਿੰਦਰ ਜੀ ਯੂਨਾਈਟਿਡ ਸਿਕਸ ਸੰਸਥਾ ਦਾ ਨਾਮ ਜੋ ਇਸ ਕਮਿਊਨਿਟੀ ਦੇ ਵਿੱਚ ਐਕਟਿਵ ਮੈਂਬਰਸ ਹਨ ਉਹਨਾਂ ਨੂੰ ਪਤਾ ਹੈ ਵਾਕਿਅਵ ਹਨ ਇਸ ਸੰਸਥਾ ਦੇ ਨਾਲ ਬਟ ਇਨ ਕੇਸ ਕਿਸੇ ਨੂੰ ਨਹੀਂ ਪਤਾ ਜਾਂ ਬਰੀਕੀ ਦੇ ਨਾਲ ਨਹੀਂ ਪਤਾ ਕੀ ਹਿਸਟਰੀ ਹੈਗੀ ਇਸ ਸੰਸਾ ਦੀ ਉਹਨਾਂ ਨੂੰ ਥੋੜਾ ਤੁਸੀਂ ਬੈਕਗ੍ਰਾਉਂਡ ਦੱਸੋ ਸ਼ੋਰ ਸ਼ੋਰ ਯੂਨਾਈਟੈਕਸ ਫਸਟ ਆਫ 올 ਸਾਡੀ ਵੈਬਸਾਈਟ ਹੈਗੀ united6.org ਵੀ ਆ ਰਿਹਾ ਵੈਰੀ ਬਿਗਰ ਆਰਗੇਨਾਈਜੇਸ਼ਨ ਸਾਡੇ ਇੰਟਰਨੈਸ਼ਨਲ 11 ਚੈਪਟਰਸ ਹੈਗੇ ਨੇ ਸਿንስ 1999 ਫਾਰਮੇਸ਼ਨ ਚਾਈ ਸੀਗੀ ਤੇ ਸਿੱਖ ਹੱਕਾਂ ਲਈ ਤੇ ਮਾਨਵਤਾ ਦੀ ਸੇਵਾ ਲਈ ਹਮੇਸ਼ਾ ਸਾਡੀ ਆਰਗੇਨਾਈਜੇਸ਼ਨ ਤਤ ਪਰ ਰਹੀ ਹੈ ਦੁਨੀਆ ਦੇ ਜਿੰਨੇ ਵੱਡੇ ਡਿਜ਼ਾਸਟਰ ਹੋਏ ਨੇ ਅਸੀਂ ਕਵਰ ਕੀਤੇ ਨੇ ਸਾਰੇ ਅਕ੍ਰੋਸ ਦ ਗਲੋਬ ਤੇ ਜਿੱਥੇ ਵੀ ਸਿਰਫ ਸਿੱਖਾਂ ਦੀ ਹੈਲਪ ਨਹੀਂ ਹੈ ਮਾਨਵਕੀ ਜਾਤ ਸਭ ਹੈ ਇੱਕ ਹੈ ਪਛਾਣ ਬੋ ਪਾਈਕ ਨੇ ਜਿਹਦੇ ਮਿਸ਼ਨ ਤੇ ਸਾਡੀ ਸੰਸਥਾ ਚੱਲਦੀ ਹੈ ਤੇ ਸੇਵਾ ਕਾਫੀ ਸਾਲਾਂ ਤੋਂ ਚੱਲ ਰਹੀ ਹੈ ਤੇ ਹਰ ਸਾਲ ਚੱਲਦੀ ਰਹਿੰਦੀ ਹੈ ਸੇਵਾ ਜੀ ਹਾਂਜੀ ਤੇ ਆਰਗੇਨਾਈਜੇਸ਼ਨ ਸਾਡੀ ਜਿਹੜੀ ਆ ਇਜ਼ ਦੀ ਓਨਲੀ ਸਿੱਖ ਆਰਗੇਨਾਈਜੇਸ਼ਨ ਜਿਹੜੀ ਕਿ ਯੂਨਾਈਟਿਡ ਨੇਸ਼ਨਸ ਦੇ ਨਾਲ ਆਫੀਸ਼ੀਅਲੀ ਅਫੀਲੀਏਟਡ ਹੈਗੀ ਹੈ ਵੀ ਵਰਕ ਵਿਦ ਫੈਡਰਲ ਗਵਰਨਮੈਂਟ ਵੀ ਵਰਕ ਵਿਦ ਦਾ ਗਵਰਨਮੈਂਟਸ ਆਫ ਕੈਨੇਡਾ ਯੂਕੇ ਆਸਟ੍ਰੇਲੀਆ ਯੂਐਸ ਫੀਮਾ ਨਾਲ ਵੀ ਅਸੀਂ ਕੰਮ ਕਰਦੇ ਆ ਰੈਡ ਰੈਡ ਕਰਾਸ ਨਾਲ ਵੀ ਅਸੀਂ ਜੁਆਇੰਟ ਮਿਸ਼ਨਸ ਕੀਤੇ ਨੇ ਸੋ ਵੀ ਆਰ ਵੈਲ ਨੋਨ ਆਰਗੇਨਾਈਜੇਸ਼ਨ ਯੂਨਾਈਟਿਡ ਯੂਨਾਈਟਿਡ ਨੇਸ਼ਨਸ ਦੇ ਨਾਲ ਵੀ ਸਾਡੇ ਕਾਫੀ ਡੀਪ ਲਿੰਕ ਸੈਕੰਡ ਜਿਹੜੇ ਜਿੱਥੇ ਲੋੜ ਪੈਂਦੀ ਹੈ ਯੂ نو ਦੇ ਰੀਚ ਆਊਟ ਟੂ ਅਸ ਆਲ ਦਾ ਟਾਈਮ ਐਸ ਵੈਲ ਜੀ ਸੋ ਹੁਣ ਆਪਾਂ ਗੱਲ ਕਰ ਰਹੇ ਹਾਂ ਜੋ ਅੱਜ ਦਾ ਐਕਚੁਅਲ ਮੁੱਦਾ ਹੈ ਸਾਡੀ ਕੌਮ ਦਾ ਇਹ ਮੁੱਦਾ ਹੈ ਇਹ ਸਿਰਫ ਸਿੱਖਾਂ ਦਾ ਨਹੀਂ ਇਹ ਸਿਰਫ ਹਿੰਦੂਆਂ ਦਾ ਨਹੀਂ ਇਹ ਹਰ ਇੱਕ ਉਸ ਭਾਰਤ ਰਹਿਣ ਵਾਲੇ ਨਿਵਾਸੀ ਦਾ ਹੈ ਜੋ ਖਾਣਾ ਪੀਣਾ ਦੇ ਯੂ نو ਲਾਈਕ ਦੇ ਇੰਜੋਏ ਫੂਡ ਔਨ देयर ਪਲੇਟ ਇਹ ਉਹਨਾਂ ਦਾ ਮੁੱਦਾ ਹੈ ਸੋ ਇਸ ਚੀਜ਼ ਨੂੰ ਲੈ ਕੇ ਯੂਨਾਈਟਿਡ ਸਿਕਸ ਗਰਾਊਂਡ ਤੇ ਕੀ ਕਰ ਰਿਹਾ ਹੈ ਅ ਪਹਿਲੀ ਗੱਲ ਤੇ ਮੈਂ ਸਿਰਫ ਇੰਡੀਆ ਦਾ ਮੁੱਦਾ ਨਹੀਂ ਕਮਾਉਂਗਾ ਕਿਸਾਨ ਫਾਰਮਰਸ ਜਿਹੜੇ ਨੇ ਸਾਰੀ ਦੁਨੀਆ ਨੂੰ ਫੀਡ ਕਰਦੇ ਨੇ ਤੇ ਖਾਸ ਕਰਕੇ ਇੰਡੀਆ ਦੇ ਵਿੱਚ ਪੰਜਾਬ ਤਾਂ ਬ੍ਰੈਡ ਬਾਸਕਟ ਆਫ ਇੰਡੀਆ ਮੰਨਿਆ ਜਾਂਦਾ ਸੋ ਇਹ ਮੁੱਦਾ ਜੋ ਸਾਨੂੰ ਔਨ ਦਾ ਗਰਾਉਂਡ ਪਹਿਲਾਂ ਅਸੀਂ ਵੀ ਸੋਚਦੇ ਸੀ ਕਿ ਸਿਰਫ ਸਿੱਖਾਂ ਦਾ ਮੁੱਦਾ ਚੱਲ ਰਿਹਾ ਜਦੋਂ ਦੇ ਲਾਜ਼ ਚੇਂਜ ਹੋਏ ਨੇ 2 ਮਹੀਨੇ ਪਹਿਲਾਂ ਤੋਂ ਤੇ ਬਟ ਹੁਣ ਜਿਉਂ-ਜਿਉ ਡੀਪ ਜਾ ਰਿਹਾ ਪੰਜਾਬੀ ਫਾਰਮਰਸ ਨੇ ਇਸ ਮੁੱਦੇ ਨੂੰ ਲੀਡ ਕੀਤਾ ਵੈਰੀ ਇੰਪੋਰਟੈਂਟ ਪਾਰਟ ਜੋ ਸਾਨੂੰ ਮਿਸਲੀਡ ਕੀਤਾ ਜਾਂਦਾ ਨਿਊਜ਼ ਮੀਡੀਆ ਦੇ ਵਿੱਚ ਡਿਫਰੈਂਟ ਐਂਗਲਸ ਤੋਂ ਇਹ ਸਿੱਖਾਂ ਦਾ ਮੁੱਦਾ ਨਹੀਂ ਹੈ ਸਿਰਫ ਇਹ ਪੰਜਾਬ ਦਾ ਮੁੱਦਾ ਨਹੀਂ ਹੈ ਇਹ ਸਾਰੇ ਇੰਡੀਆ ਦੇ ਕਿਸਾਨਾਂ ਦਾ ਮੁੱਦਾ ਤੇ ਜੋ ਰੀਸੈਂਟਲੀ ਸਾਨੂੰ ਰਿਪੋਰਟਸ ਮਿਲਿਆ ਨੇ ਕਿ देयर आर ਓਵਰ 500 ਫਾਰਮਰ ਆਰਗੇਨਾਈਜੇਸ਼ਨਸ ਥਰੋਅਆਊਟ ਇੰਡੀਆ ਜਿਹੜੀ ਨਾਲ ਜੁੜ ਚੁੱਕੀਆਂ ਨੇ ਐਸ ਵੇਲੇ ਔਨ ਗਰਾਉਂਡ ਜਿਹੜੇ ਸਾਡੇ ਵੌਲੰਟੀਅਰਸ ਆ ਤੁਸੀਂ ਫੋਟੋਆਂ ਜੀ ਦੇਖ ਸਕਦੇ ਹੋ ਵੀਡੀਓ ਸਾਡੇ ਫੇਸਬੁੱਕ ਐਂਡ ਆਨਲਾਈਨ ਚੈਟਸ ਤੇ ਲਾਈਵ ਵੀਡੀਓਜ਼ ਚੱਲਦੇ ਨੇ ਸਾਡੇ ਕਵਰੇਜ ਚੱਲਦੀ ਹੈ ਤੁਸੀਂ ਉੱਥੇ ਵੀ ਦੇਖੋਗੇ ਫਾਰਮਰਸ ਤੁਹਾਨੂੰ ਹਰ ਕਮਿਊਨਿਟੀ ਤੋਂ ਮਿਲਣਗੇ ਹਰਿਆਣਾ ਦੇ ਫਾਰਮਰਸ ਨਾਲ ਜੁਆਇਨ ਕਰ ਚੁੱਕੇ ਨੇ ਰਾਜਸਥਾਨ ਦੇ ਆਂਧਰਾ ਪ੍ਰਦੇਸ਼ ਦੇ ਕਰਨਾਟਕਾ ਦੇ ਮੈਂ ਉੱਤਰ ਪ੍ਰਦੇਸ਼ ਦੇ ਸਭ ਥਾਂ ਤੋਂ ਸਾਡੇ ਨਾਲ ਜੁੜਦੇ ਪਏ ਨੇ ਇਸ ਮਸਲੇ ਦੇ ਉੱਤੇ ਬਟ ਹਮੇਸ਼ਾ ਦੀ ਤਰ੍ਹਾਂ ਖਾਲਸੇ ਨੇ ਹਮੇਸ਼ਾ ਲੀਡ ਕੀਤਾ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਤੇ ਆਹ ਵਾਲਾ ਵੀ ਮੁੱਦਾ ਜਿਹੜਾ ਇੰਡੀਆ ਦਾ ਬਹੁਤ ਵੱਡਾ ਮੁੱਦਾ ਉਹ ਵੀ ਖਾਲਸੇ ਨੇ ਫਿਰ ਲੀਡ ਕੀਤਾ ਹੈ ਸੌਰੀ ਸੋ ਉਸ ਕਰਕੇ ਇਹਨੂੰ ਡਿਫਰੈਂਟ ਐਂਗਲ ਵੀ ਦਿੱਤੇ ਜਾਂਦੇ ਜਿੱਦਾਂ ਤੁਸੀਂ ਕਿਹਾ ਕਿ ਉਹਨੂੰ ਕਈ ਵਾਰੀ ਖਾਲਸਾਤਾਨ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਈ ਵਾਰੀ ਡਿਫਰੈਂਟ ਮੁੱਦਾ ਹਰ ਇੱਕ ਇਸ਼ੂ ਦੀ ਆਪਣੀ ਇੰਪੋਰਟੈਂਸ ਹੈ ਡਿਫਰੈਂਟ ਐਂਗਲ ਤੋਂ ਡਿਫਰੈਂਟ ਟਾਈਮਿੰਗ ਤੇ ਬਟ ਆਹ ਜਿਹੜਾ ਇਸ਼ੂ ਹੈ ਕਿਸਾਨਾਂ ਦਾ ਇਸ਼ੂ ਹੈ ਜੀ ਇਹਨਾਂ ਦੇ ਕੋਲੋਂ ਇਸ ਵੇਲੇ ਜੇ ਕਿਸਾਨੀ ਖੋਲ ਗਏ ਪੰਜਾਬ ਦੇ ਕੋਲੋਂ ਤੇ ਸਾਡੇ ਕੋਲ ਕੁਛ ਨਹੀਂ ਬਚਣਾ ਸਾਡੇ ਕੋਲ ਪਾਣੀ ਖੋਏ ਗਏ ਨੇ ਤੇ ਹੁਣ ਫਾਰਮਿੰਗ ਚੱਲੀ ਜਾਣੀ ਆ ਤੇ ਇਟਸ ਅ 빅 ਪ੍ਰੋਬਲਮ ਦੈਟਸ ਜੀ ਜੀ ਜਤਿੰਦਰ ਜੀ ਆਈ ਥਿੰਕ ਜੋ ਸਾਡੇ ਵਿਊਅਰਸ ਸਾਨੂੰ ਵੇਖ ਰਿਹਾ ਹੈ 올 ਓਵਰ ਯੂਨਾਈਟਿਡ ਸਟੇਟਸ ਕੈਨੇਡਾ ਵਰਲਡਵਾਈਡ ਇੰਡੀਆ ਵਿੱਚ ਵੀ ਉਹਨਾਂ ਲਈ ਇਹ ਚੀਜ਼ ਆਈ ਥਿੰਕ ਸਭ ਤੋਂ ਇੰਪੋਰਟੈਂਟ ਕਵਰ ਕਰਨੀ ਜ਼ਰੂਰੀ ਹੈ ਕਿ ਐਕਚੁਅਲੀ ਔਨ ਗਰਾਉਂਡ ਰਿਐਲਿਟੀ ਕੀ ਹੈ ਬਿਕੋਜ਼ ਸੋਸ਼ਲ ਮੀਡੀਆ ਤੇ WhatsApp ਵਾਇਰਲ ਚੀਜ਼ਾਂ ਦਾ ਇੱਕ ਡਾਊਨਸਾਈਡ ਇਹ ਹੁੰਦੀ ਹੈ ਕਿ ਚੀਜ਼ ਇੱਕ ਹੁੰਦੀ ਹੈ ਉਹ ਗਲ ਤੇ ਮਿਰਚ ਮਸਾਲਾ ਲਾ ਕੇ ਉਹ ਕੁਝ ਹੋਰ ਹੀ ਬਣ ਜਾਂਦੀ ਜਦ ਤੱਕ ਉਹ ਲੋਕਾਂ ਤੱਕ ਪਹੁੰਚਦੀ ਹੈ ਰਾਈਟ ਤੁਹਾਡੀ ਟੀਮ ਇੰਡੀਆ ਤੋਂ ਸਾਨੂੰ ਜੁਆਇਨ ਕਰੀ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਆਪਾਂ ਰੁਕ ਰਹੇ ਹਾਂ ਤੁਸੀਂ ਕਿੱਥੇ ਨਾ ਜਾਓ ਬ੍ਰੇਕ ਤੋਂ ਬਾਅਦ ਇੰਡੀਆ ਦੇ ਵਿੱਚ ਯੂਨਾਈਟਿਡ 6 ਦੀ ਟੀਮ ਔਨ ਦਾ ਗਰਾਉਂਡ ਕੀ ਕੁਝ ਵੇਖ ਰਹੀ ਹੈ ਕੀ ਕੁਝ ਕਰ ਰਹੀ ਹੈ ਉਹਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਇਦਾ ਸਵਾਗਤ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਅੱਜ ਸਾਡੇ ਲਈ ਸਭ ਤੋਂ ਵੱਡਾ ਮੁੱਦਾ ਸਾਡੇ ਕਿਸਾਨਾਂ ਦਾ ਸੰਘਰਸ਼ ਤੇ ਕਿਸ ਤਰ੍ਹਾਂ ਆਪਾਂ ਉਹਨਾਂ ਨੂੰ ਸਪੋਰਟ ਕਰ ਸਕਦੇ ਹਾਂ ਭਾਵੇਂ ਤੁਸੀਂ ਇੱਥੇ ਬੈਠੇ ਹੋ ਉੱਥੇ ਬੈਠੇ ਹੋ ਤੁਹਾਡੀ ਇੱਕ ਇੱਕ ਛੋਟੀ ਛੋਟੀ ਵੀ ਹੈਲਪ ਮਾਇਨੇ ਰੱਖਦੀ ਹੈ ਤੇ ਜੋ ਸੰਸਥਾ ਇਸ ਕੰਮ ਨੂੰ ਔਨ ਦਾ ਗਰਾਉਂਡ ਕਰ ਰਹੀ ਹੈ ਉਹਨਾਂ ਦੇ ਨਾਲ ਸਾਡੀ ਅੱਜ ਗੱਲ ਹੋ ਰਹੀ ਹੈ ਤੁਸੀਂ ਵੀ ਕਾਲ ਕਰਕੇ ਗੱਲ ਕਰ ਸਕਦੇ ਹੋ ਪ੍ਰੋਗਰਾਮ ਬਿਲਕੁਲ ਲਾਈਵ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ ਤੇ ਯੂਨਾਈਟਿਡ ਸਿਕਸ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਹਨ ਜਤਿੰਦਰ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਇੱਕ ਬਾਰੀ ਫਿਰ ਸਵਾਗਤ ਤੁਸੀਂ ਇਸ ਸੰਸਥਾ ਦੇ ਨਾਲ ਜਦੋਂ ਤੋਂ ਇਹ ਸ਼ੁਰੂ ਹੀ ਹੈ 1999 ਤੋਂ ਜੁੜੇ ਹੋਏ ਹੋ ਅੱਜ ਤੁਸੀਂ ਡਾਇਰੈਕਟਰ ਦੇ ਤੌਰ ਤੇ ਸਾਨੂੰ ਇੱਕ ਬੜਾ ਹਾਈ ਲੈਵਲ 뷰 ਦੱਸਿਆ ਕਿ ਕੀ ਇਸ ਸੰਸਾਦੀ ਹਿਸਟਰੀ ਹੈ ਤੇ ਕੀ ਇਸ ਵੇਲੇ ਜੋ ਪੰਜਾਬ 'ਚ ਹੋ ਰਿਹਾ ਹਿੰਦੁਸਤਾਨ 'ਚ ਹੋ ਰਿਹਾ ਹੈ ਦਿੱਲੀ ਤੱਕ ਉਹ ਫਾਈਟ ਪਹੁੰਚ ਚੁੱਕੀ ਹੈ ਉਹਦੇ ਵਿੱਚ ਕਿਸ ਤਰ੍ਹਾਂ ਯੂनाइटेड 6 ਆਪਣਾ ਹਿੱਸਾ ਪਾ ਰਹੀ ਹੈ ਜਦੋਂ ਔਨ ਦਾ ਗਰਾਉਂਡ ਗੱਲ ਆਂਦੀ ਹੈ ਬਹੁਤ ਮਿਸ ਇਨਫਾਰਮੇਸ਼ਨ ਬਹੁਤ ਤੁਸੀਂ ਕਹਿ ਲਓ ਨਾਜਾਇਜ਼ ਜਾਂ ਪਰਪਸਫੁਲ ਮਿਸ ਇਨਫਾਰਮੇਸ਼ਨ ਵੀ ਫੈਲਾਈ ਜਾ ਰਹੀ ਹੈ ਉਸ ਚੀਜ਼ ਨੂੰ ਕੰਬੈਟ ਕਰਨ ਲਈ ਤੁਹਾਡੇ ਟੀਮ ਮੈਂਬਰ ਸਾਨੂੰ ਇੰਡੀਆ ਤੋਂ ਜੁਆਇਨ ਕਰ ਰਹੇ ਹਨ ਮੈਂ ਚਾਹਾਂਗੀ ਕਿ ਤੁਸੀਂ ਸਾਨੂੰ ਦੱਸੋ ਕੌਣ ਸਾਨੂੰ ਇੰਡੀਆ ਤੋਂ ਜੁਆਇਨ ਕਰ ਰਿਹਾ ਹੈ ਸ਼ੁਰੂ ਡੈਫੀਨਿਟਲੀ ਪਹਿਲੀ ਗੱਲ ਤੇ ਮੈਂ ਤੁਹਾਨੂੰ ਥੈਂਕ ਯੂ ਕਰਨਾ ਚਾਹਾਂਗਾ ਜਸ ਪੰਜਾਬੀ ਨੂੰ ਫੋਰ ਡੂਇੰਗ ਅ ਗੁੱਡ ਮੀਡੀਆ ਕਵਰੇਜ ਬਾਏ ਦਿ ਵੇਕਿਜ਼ ਇਜ਼ ਅ ਲਾਟ ਆਫ ਫਾਲਸ ਮੀਡੀਆ ਆਊਟ ਥੇਰ ਰਾਈਟ ਨਾ ਐਟ ਥਿਸ ਮਿਨਟ ਇਟਸ ਵੈਰੀ ਇੰਪੋਰਟੈਂਟ ਥੈਟ ਵੀ ਹੈਵ ਅ ਮੀਡੀਆ ਕਵਰਿੰਗ ਦ ਟ੍ਰੂ ਸਟੋਰੀਜ਼ ਦ ਰਾਈਟ ਸਟੋਰੀਜ਼ ਆਫ ਫਾਰਮਰਸ ਰਾਈਟ ਨਾ ਸਾਡੇ ਨਾਲ ਇਸ ਲਈ ਜੁੜੇ ਹਨ ਦਿੱਲੀ ਤੋਂ ਡਾਇਰੈਕਟਲੀ ਅ ਜਸਮੀਤ ਸਿੰਘ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਦਾ ਖਾਲਸਾ ਵਾਹਿ ਪਤਿਆਂ ਜੀ ਜੀ ਜਸਮੀਤ ਜੀ ਸਭ ਤੋਂ ਪਹਿਲੇ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਇਟਸ ਅ ਰੀਲੀ ਗੁੱਡ ਟੂ ਹੈਵ ਯੂ ਤੁਹਾਡੀ ਟੀਮ ਸੱਡਨ ਅਥ ਨਿਊਯਾਰਕ ਵੀ ਪਹੁੰਚੀ ਹੈ ਬਟ ਜੋ ਕੰਮ ਤੁਸੀਂ ਓਨ ਦਾ ਗਰਾਉਂਡ ਤੁਸੀਂ ਕੈਲੋ ਫਰਸਟ ਹੈਂਡ ਕਰ ਰਹੇ ਹੋ ਤੇ ਵਿਟਨੈਸ ਕਰ ਰਹੇ ਹੋ ਉਹਦੇ ਬਾਰੇ ਮੈਂ ਚਾਹਾਂਗੀ ਸਾਡੇ ਵਿਊਅਰਸ ਨੂੰ ਜਾਣਕਾਰੀ ਤੁਸੀਂ ਦਿਓ ਫਰਸਟ ਆਫ ਆਲ ਤੁਸੀਂ ਕਿੱਥੇ ਸਿਚੁਏਟਿਡ ਹੋ ਤੁਹਾਡੀ ਕੀ ਲੋਕੇਸ਼ਨ ਕਿੱਥੇ ਤੁਸੀਂ ਸੈਟਲਡ ਹੋ ਐਂਡ ਕੀ ਹੋ ਰਿਹਾ ਹੈ ਉੱਥੇ ਯੂਨਾਈਟਿਡ 6 ਕੀ ਸੇਵਾ ਪਾ ਰਿਹਾ ਹੈ ਬੰਦੇ ਦਿੱਲੀ ਐਨਸੀਆਰ ਦੇ ਵਿੱਚ ਹੀ ਅਸੀਂ ਸੈਟਲਡ ਹੈਗੇ ਆ ਤੇ ਅ ਕਿਉਂਕਿ ਜਿਹੜਾ ਫਾਰਮਰਸ ਦਾ ਪ੍ਰੋਟੈਸਟ ਚੱਲ ਰਿਹਾ ਹੈ ਲਾਸਟ 2 ਮਹੀਨਿਆਂ ਤੋਂ ਚੱਲ ਰਿਹਾ ਹੈ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਤੇ 2 ਮਹੀਨਿਆਂ ਤੋਂ ਸਾਡੀਆਂ ਸੇਵਾਵਾਂ ਜਿਹੜੀਆਂ ਪੰਜਾਬ ਵਿੱਚ ਚੱਲ ਰਹੀ ਸੀ ਤੇ ਜਦੋਂ ਪੰਜਾਬ ਤੋਂ ਜਦੋਂ ਸਾਰੇ ਕਿਸਾਨ ਭਾਈ ਆਪਣੇ ਜਦੋਂ ਮੋਰਚੇ ਲੈ ਕੇ ਚੱਲੇ ਨੇ ਤੇ ਸਾਡੀਆਂ ਟੀਮਾਂ ਪੰਜਾਬ ਦੀਆਂ ਟੀਮਾਂ ਵੀ ਨਾਲ ਚੱਲੀਆਂ ਨੇ ਜਿਹਦੇ ਵਿੱਚ ਕੀ ਉਹਨਾਂ ਨੂੰ ਐਮਬੂਲੈਂਸਸ ਅਸੀਂ ਨਾਲ ਉਹਨਾਂ ਦੇ ਟੋਰੀਆਂ ਨੇ ਤਾਂ ਕਿ ਉਹਨਾਂ ਨੂੰ ਕੋਈ ਰਸਤੇ ਵਿੱਚ ਕੋਈ ਵੀ ਮੈਡੀਕਲ ਹੈਲਪ ਦੀ ਲੋੜ ਹੋਏ ਤਾਂ ਅਸੀਂ ਉੱਥੇ ਉਹਨਾਂ ਤੋਂ ਉਹਨਾਂ ਨੂੰ ਪ੍ਰੋਵਾਈਡ ਕਰਾ ਸਕੀਏ ਤੇ ਉਹਨਾਂ ਦੇ ਟਰਾਲੀਆਂ ਦੇ ਵਿੱਚ ਅਸੀਂ ਗੱਦੇ ਵੀ ਪ੍ਰੋਵਾਈਡ ਕੀਤੇ ਮੈਟ੍ਰਸਸ ਤਾਂ ਕਿ ਉਹਨਾਂ ਨੂੰ ਰਸਤੇ ਵਿੱਚ ਵੀ ਜਿਹੜੇ ਇਹ ਕਮ ਆਣ ਜਿੱਥੇ ਟਰਾਲਿਸ ਦੇ ਵਿੱਚ ਬੈਠ ਕੇ ਜਾ ਰਹੇ ਨੇ ਕਿਉਂਕਿ ਲੰਬਾ ਸਫਰ ਸੀਗਾ ਤੇ ਲੰਬਾ ਇਹਨਾਂ ਨੇ ਟਾਈਮ ਕੱਟਣਾ ਸੀ ਪਹਿਲਾਂ ਹੀ ਅੰਦਾਜ਼ਾ ਸਾਰਿਆਂ ਨੂੰ ਸੀਗਾ ਏ ਤੇ ਹੁਣ ਜਿਹੜਾ ਐਟ ਪ੍ਰੈਸੈਂਟ ਜਿਹੜੀ ਸਿਚੁਏਸ਼ਨ ਹੈ ਜਿਹੜੇ ਹੁਣ ਫਾਰਮਰਸ ਇੱਥੇ ਪਹੁੰਚ ਚੁੱਕੇ ਨੇ ਦਿੱਲੀ ਤੇ ਜਿਹੜਾ ਜਿਸ ਮੁਸੀਬਤ ਜਿਸ ਔਂਕੜ ਦਾ ਸਾਹਮਣਾ ਕਰ ਔਂਕੜਾਂ ਦਾ ਸਾਹਮਣਾ ਕਰਕੇ ਉਹ ਪਹੁੰਚੇ ਨੇ ਉਹ ਤਾਂ ਸਾਰਿਆਂ ਨੇ ਦੇਖਿਆ ਹੀ ਐ ਸੋਸ਼ਲ ਮੀਡੀਆ ਤੇ ਆਲਰੇਡੀ ਸਾਰੇ ਬਹੁਤ ਵੀਡੀਓਜ਼ ਆ ਸਾਰਿਆਂ ਨੇ ਲਾਈਵ ਦੇਖੇ ਨੇ ਤੇ ਹੁਣ ਜਿਹੜੀ ਪ੍ਰੋਬਲਮਸ ਉਹਨਾਂ ਨੂੰ ਐਟ ਪ੍ਰੈਸੈਂਟ ਫੇਸ ਕਰਨੀਆਂ ਪੈ ਰਹੀਆਂ ਦਿੱਲੀ ਵਿੱਚ ਉਹ ਵੀ ਬਹੁਤ ਸੀਰੀਅਸ ਪ੍ਰੋਬਲਮਸ ਨੇ ਤੇ ਦੋਨੋਂ ਦਿੱਲੀ ਦੇ ਜਿਹੜੇ ਦੋਨੋਂ ਬਾਰਡਰਸ ਨੇ ਟਿਕਰੀ ਬਾਰਡਰ ਤੇ ਕੁੰਡਲੀ ਬਾਰਡਰ ਤੇ ਦੋਨੋਂ ਬਾਰਡਰਸ ਤੇ ਸਾਡੀਆਂ ਟੀਮਾਂ ਉੱਥੇ ਆ ਕੰਮ ਕਰ ਰਹੀਆਂ ਨੇ ਤੇ ਜਦੋਂ ਪਹਿਲੇ ਦਿਨ ਉਹ ਪਹੁੰਚੇ ਸੀ ਅਸੀਂ ਪਹਿਲੇ ਦਿਨ ਜਾ ਕੇ ਸਰਵੇ ਕੀਤੇ ਕਿ ਇਹਨਾਂ ਨੂੰ ਪਹਿਲਾ ਪਹਿਲੇ ਦਿਨ ਤਾਂ ਅਸੀਂ ਖਾਣਾ ਤੇ ਹੋਰ ਵੀ ਸਮਗਰੀਆਂ ਜਿਹੜੀਆਂ ਲੋਡਵੰਤ ਸਮਗਰੀਆਂ ਸੀ ਲੈ ਕੇ ਗਏ ਨਾਲ ਆਪਣੇ ਤੇ ਜਦੋਂ ਦੇਖਿਆ ਕਿ ਖਾਣ ਪੀਣ ਦਾ ਸਮਾਨ ਉਹ ਆਪ ਹੀ ਆਪਣਾ ਆਪਣੇ ਨਾਲ ਇੰਨਾ 6-6 ਮਹੀਨੇ ਦਾ ਰਾਸ਼ਨ ਲੈ ਕੇ ਆਏ ਨੇ ਤੇ ਸਾਰਾ ਆਪਣਾ ਅਰੇਂਜਮੈਂਟ ਉਹਨਾਂ ਦਾ ਪੂਰਾ ਸੀਗਾ ਤੇ ਫਿਰ ਅਸੀਂ ਸਰਵੇ ਇਹ ਕੀਤਾ ਕਿ ਕੀ ਕਿਸ ਚੀਜ਼ ਦੀ ਜ਼ਿਆਦਾ ਲੋੜ ਹੈ ਇਹਨਾਂ ਨੂੰ ਤੇ ਜਦੋਂ ਇਹ ਦੇਖਿਆ ਸਾਰਾ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੀ ਮੈਡੀਕਲ ਹੈਲਥ ਜਿਹੜੀ ਪ੍ਰੋਬਲਮਸ ਉਹਨਾਂ ਨੂੰ ਚੱਲ ਰਹੀਆਂ ਕਿਉਂਕਿ ਬਜ਼ੁਰਗਵਾਨ ਕਾਫੀ ਸਾਰੇ ਮਾਤਾਵਾ ਵੀ ਨੇ ਤੇ ਬਜ਼ੁਰਗ ਸਾਡੇ ਇੱਥੇ ਵੀਰ ਨੇ ਸਾਰੇ ਤੇ ਉਹਨਾਂ ਨੂੰ ਕੁਝ ਨਾ ਕੁਝ ਪ੍ਰੋਬਲਮਸ ਸਾਰਿਆਂ ਨੂੰ ਹੈਲਥ ਪ੍ਰੋਬਲਮਸ ਆਈ ਰਹੀਆਂ ਸੀ ਕਿਉਂਕਿ ਇਹਨਾਂ ਦਿਨਾਂ ਤੋਂ ਪ੍ਰੋਟੈਸਟ ਚੱਲ ਰਿਹਾ ਸੀ ਉੱਥੇ ਵੀ ਉੱਥੇ ਵੀ ਬੈਠੇ ਸੀ ਤੇ ਨਾਲ ਟਰੈਵਲਿੰਗ ਵੀ ਨਹੀਂ ਲੰਬੀ ਹੋ ਗਈ ਉਹਨਾਂ ਨੂੰ ਤੇ ਸਭ ਤੋਂ ਜ਼ਿਆਦਾ ਜਿਵੇਂ ਸਾਨੂੰ ਆ ਬੋਡੀ ਇੱਕ ਕਾਫੀ ਲੋਕਾਂ ਨੂੰ ਸਾਰ ਸਦਾ ਸਾਰੇ ਸਾਰੇ ਸਰੀਰ ਦਰਦ ਹੋ ਰਿਹਾ ਕੁਝ ਕਿਸ ਕਿਸੇ ਦੇ ਗੋਡੇ ਗੋਡਿਆਂ ਦੀ ਪ੍ਰੋਬਲਮ ਸੀਗੀ ਤੇ ਅਸੀਂ ਫਿਰ ਇੱਕ ਵਿਚਾਰ ਕੀਤਾ ਸਾਰਿਆਂ ਨੇ ਬੈਠ ਕੇ ਕਿ ਆਪਾਂ ਮੈਡੀਕਲ ਕਿਉਂ ਨਾ ਇੱਥੇ ਮੈਡੀਕਲ ਕੈਂਪ ਲਗਾਏ ਜਾਣ ਜਿੱਥੇ ਕਿ ਇਹਨਾਂ ਨੂੰ ਸਾਰੀ ਮੈਡੀਕਲ ਦੀ ਸਹੂਲਤ ਦਿੱਤੀ ਜਾਵੇ ਤੇ ਅਸੀਂ ਤਿੰਨ ਐਮਬੂਲੈਂਸਸ ਕੁੰਡਲੀ ਬਾਰਡਰ ਤੇ ਤੇ ਇੱਕ ਦੋ ਐਮਬੂਲੈਂਸਸ ਅਸੀਂ ਬੁਰਾੜੀ ਟਿਕਰੀ ਬਾਰਡਰ ਤੇ ਉੱਥੇ ਅਸੀਂ ਅਰੇਂਜ ਕੀਤੀਆਂ ਤੇ ਇੱਕ ਐਮਬੂਲੈਂਸ ਸਾਡੀ ਪੰਜਾਬ ਤੋਂ ਆਲਰੇਡੀ ਉਹਨਾਂ ਦੇ ਨਾਲ ਚੱਲ ਰਹੀ ਸੀ ਜਿਹੜੀ ਟਿਕਰੀ ਬਾਰਡਰ ਵਾਲੀ ਸੰਗਤ ਚੱਲ ਰਹੀ ਹੈ ਤੇ ਹੁਣ ਮੈਡੀਕਲ ਹੈਲਥ ਮੈਡੀਕਲ ਕੈਂਪ ਸਾਡੇ ਚੱਲ ਰਹੇ ਨੇ ਜੀ ਉੱਥੇ ਇਸ ਟਾਈਮ ਜੀ ਜਸਮੀਤ ਜੀ ਜਦੋਂ ਮੈਡੀਕਲ ਕੈਂਪਸ ਦੀ ਗੱਲ ਆਉਂਦੀ ਹੈ ਮੈਂ ਚਾਹੁੰਦੀ ਆ ਥੋੜੀ ਹੋਰ ਡੀਟੇਲ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਬਿਕਾਜ਼ ਯੂਨਾਈਟਿਡ 6 ਦੀ ਜੋ ਪ੍ਰੈਜ਼ੈਂਸ ਹੈਗੀ ਇੱਕ ਆਪਾਂ ਕਹਿ ਸਕਦੇ ਹਾਂ ਲੇਜੀਟਿਮੇਟ ਤਰੀਕੇ ਨਾਲ ਸਹੀ ਤਰੀਕੇ ਨਾਲ ਲੋਕਾਂ ਨੂੰ ਉਹ ਹੈਲਪ ਪ੍ਰੋਵਾਈਡ ਕਰ ਰਹੀ ਹੈ ਜਿਹਦੀ ਬਹੁਤ ਜ਼ਿਆਦਾ ਜ਼ਰੂਰਤ ਵੀ ਹੈਗੀ ਜਿਹਦੀ ਕਮੀ ਵੀ ਹੈ ਆਮ ਇਨ ਜਿੱਥੇ ਆਪਾਂ ਕਹਿੰਦੇ ਆ ਇਟਸ ਸਟਿਲ ਕੋਵਿਡ ਇੱਕ ਮਹਾਮਾਰੀ ਹਲੇ ਵੀ ਚੱਲ ਰਹੀ ਹੈ ਬਜ਼ੁਰਗ ਮਾਰਚ ਕਰ ਰਹੇ ਇਸ ਚੀਜ਼ ਵਿੱਚ ਹਿੱਸਾ ਪਾ ਰਹੇ ਆ ਉਹਨਾਂ ਦੀ ਅਮ ਹੋਰ ਮੈਡੀਕਲ ਕੰਡੀਸ਼ਨਸ ਹੋ ਸਕਦੀਆਂ ਉਹਦੇ ਉੱਤੇ ਤੁਸੀਂ ਟਾਇਰ ਗੈਸ ਪਾ ਲਓ ਉਹਦੇ ਉੱਤੇ ਤੁਸੀਂ ਸਰਦੀਆਂ ਦਾ ਮੌਸਮ ਪਾ ਲਓ ਕੋਵਿਡ ਪਾ ਲਓ ਸੋ देयर इज ਮੈਡੀਕਲੀ ਹੈਲਥ ਵਾਈਜ਼ ਬਹੁਤ ਜ਼ਿਆਦਾ ਇਸ ਚੀਜ਼ ਦੀ ਲੋੜ ਹੈ ਅਮ ਤੁਹਾਡੀ ਐਂਬੂਲੈਂਸਸ ਆਈ ਥਿੰਕ ਜਤਿੰਦਰ ਜੀ ਤੁਸੀਂ ਮੈਨੂੰ ਦੱਸ ਰੇ ਸੀ ਤੁਹਾਡੀ ਐਂਬੂਲੈਂਸਸ ਸਿਕਿਉਰਿਟੀ ਫੋਰਸਸ ਦੇ ਨਾਲ ਆ ਆ ਵਾਕਿਵ ਹਨ ਉਨ੍ਹਾਂ ਦੀ ਕੋਆਪਰੇਸ਼ਨ ਤੁਹਾਨੂੰ ਮਿਲੀ ਹੋਈ ਹੈ ਤਾਂ ਕਿ ਅਗਰ ਤੁਸੀਂ ਐਂਬੂਲੈਂਸ ਨੂੰ ਅੱਗੇ ਪਿੱਛੇ ਕਰਨਾ ਹੋਵੇ ਹਸਪਤਾਲ ਜਾਣਾ ਹੋਵੇ ਉਹ ਤੁਹਾਨੂੰ ਇਹ ਚੀਜ਼ ਲਈ ਪ੍ਰੋਵੀਜ਼ਨਸ ਕਰ ਰਿਹਾ ਹੈ ਕੈਨ ਊੀ ਕਨਫਰਮ ਦੈਟ ਬਿਲਕੁਲ ਬਿਲਕੁਲ ਠੀਕ ਹੈ ਰਸੀ ਐਂਬੂਲੈਂਸਿਸ ਬਲਕਿ ਈਵਨ ਬਿਸਾਈਡ ਸਾਡੀ ਐਂਬੂਲੈਂਸਸ ਵੈਸੇ ਨਾਰਮਲੀ ਐਂਬੂਲੈਂਸ ਦੇ ਵਿੱਚ ਤੁਹਾਨੂੰ ਬੇਸਿਕ ਨੈਸੈਸਿਟੀਜ਼ ਵੈਰੀ ਐਮਰਜੈਂਸੀ ਕਵਰੇਜਸ ਮਿਲਦੀਆਂ ਨੇ ਪਰ ਸਾਡੇ ਜਿਹੜੇ ਮੈਡੀਕਲ ਕੈਂਪ ਨੇ ਤੇ ਐਂਬੂਲੈਂਸ ਦੇ ਵਿੱਚ ਵੀ ਆਲਵੇਸ ਹੈਵ ਅ ਡਾਕਟਰ ਅ ਪ੍ਰੈਜ਼ੈਂਟ ਐਂਡ ਨਰਸ ਆਲਸੋ ਐਂਡ ਮੈਡੀਸਿਨ ਆਲਸੋ ਪ੍ਰੈਜ਼ੈਂਟ ਰਾਈਟ ਥੇਰ ਸੋ ਅਸੀਂ ਫੁੱਲ ਕਵਰੇਜ ਉਹਨਾਂ ਨੂੰ ਅਸਲੇ ਦੇ ਰਹੇ ਹਾਂ ਉੱਥੇ ਤੇ ਜਿਹੜੇ ਇਵਨ ਫਾਰਮਰਸ ਅਗਰ ਕੋਈ ਲੋਕਲ ਐਮਬੂਲੈਂਸੀ ਪਾਸ ਕਰਦੀ ਹੈ ਇਟਸ ਵੈਰੀ ਇੰਪੋਰਟੈਂਟ ਟੂ ਨੋਟ ਕਿ ਉਹਦੇ ਲਈ ਰਸਤਾ ਛੱਡ ਦਿੰਦੇ ਨੇ ਦੇ ਡੋਂਟ ਸਟਾਪ ਐਨੀਬਾਡੀ ਐਂ ਤੇ ਜਿਹੜੀ ਮੈਡੀਕਲ ਕਵਰੇਜ ਜਿਹੜੀ ਪਿੱਛੇ ਦਿੱਤੀਆਂ ਨੇ ਅੰਨੀ ਦੂਰੋਂ ਚੱਲ ਕੇ ਆਏ ਨੇ ਠੰਢ ਗਈ ਐ ਬਲਿਸਟਰਸ ਨੇ ਪੈਰਾਂ ਤੇ ਛਾਲੇ ਪਏ ਨੇ ਅਥਰੂ ਗੈਸ ਜਿਹੜੇ ਗੋਲੇ ਸੁੱਟੇ ਗਏ ਨੇ ਉਹਨਾਂ ਦੇ ਨਾਲ ਕਈਆਂ ਨੇ ਗੋਲੇ ਚੁੱਕ ਚੁੱਕ ਕੇ ਵਾਪਸ ਸੁੱਟੇ ਨੇ ਤੇ ਉਹਨਾਂ ਦੇ ਹੱਥ ਵੀ ਸੜੇ ਹੋਏ ਨੇ ਤੇ ਕਈਆਂ ਦੇ ਬੋਡੀ ਤੇ ਵੀ ਜਾ ਕੇ ਵੱਜੇ ਨੇ ਕਿਸੇ ਇੱਕ ਬਜ਼ੁਰਗ ਦੀ ਅੱਖ ਤੇ ਵੱਜਿਆ ਸੀਗਾ ਵੀ ਆਲ ਸੋ ਦੈਟ ਇਨ ਸੋਸ਼ਲ ਮੀਡੀਆ ਸੋ ਬੋਡੀ ਐਗਜ਼ ਅੱਖਾਂ ਚ ਪ੍ਰੋਬਲਮਾ ਸਰਦੀ ਯੂ نو ਅਦਰ विंटर प्रॉब्लमस ही ऐड हो इस वे सो सा टीम ऑन प्रेजेंट जो किसी ने भी कोई मेडिकल कवरेज चाहिए आ प्लीज़ लुक फॉर यूनाइटेड सिक्स कैंप एंबूलेंस एस्क एवरीबाडी एवरी काइंड ऑफ असिस्टेंस जी, 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 जी चाहिए आ ਉਥੇ ਪ੍ਰੋਵਾਈਡ ਕੀਤੀ ਜਾ ਰਹੀ ਹੈ। ਹੈਲਪਲਾਈਨ ਨੰਬਰ ਸਕਰੀਨ ਤੇ ਤੁਸੀਂ ਵੇਖ ਸਕਦੇ ਹੋ ਯੂਨਾਈਟਿਡ 6 ਦਾ ਓਨ ਦਾ ਇੰਡੀਆ ਸਾਈਟ ਤੇ ਓਨ ਦਾ ਗਰਾਉਂਡ ਅਗਰ ਤੁਸੀਂ ਹੈਲਪ ਲੈਣਾ ਚਾਹੁੰਦੇ ਹੋ ਮੈਡੀਕਲ ਜਾਂ ਕਿਸੇ ਨੂੰ ਤੁਸੀਂ ਹੈਲਪ ਪ੍ਰੋਵਾਈਡ ਕਰਨਾ ਚਾਹੁੰਦੇ ਹੋ ਤੁਹਾਡੇ ਰਿਸ਼ਤੇਦਾਰ ਫੈਮਿਲੀ ਮੈਂਬਰਸ ਪਿੰਡ ਦੇ ਲੋਕ ਕੀ ਇਸ ਚੀਜ਼ ਵਿੱਚ ਸ਼ਾਮਿਲ ਹੋ ਰਹੇ ਹਨ ਉਹਨਾਂ ਨੂੰ ਇਹ ਜਾਣਕਾਰੀ ਜ਼ਰੂਰ ਪਹੁੰਚਾਓ। ਆਮ ਇੱਕ ਹੋਰ ਚੀਜ਼ ਜਦੋਂ ਆਪਾਂ ਮੈਡੀਕਲ ਦੀ ਗੱਲ ਕਰਦੇ ਆਂ ਆਮ ਇਸ ਸਾਈਡ ਤੇ ਇਸ ਪੱਖ ਤੇ ਵਿੱਚ ਆਮ ਲਾਈਕ ਦਾ ਹੋਲ ਮੂਵਮੈਂਟ ਬਟ اسپੈਸ਼ਲੀ ਇਨ ਥਿਸ ਸਾਨੂੰ ਇੱਕ ਸੋਲਿਡੈਰਿਟੀ ਵੇਖਣ ਨੂੰ ਮਿਲ ਰਹੀ ਹੈ ਰਾਈਟ ਜੋ ਲੋਕ ਕੀ ਕਹਿ ਰਹੇ ਕਿ ਸਿਰਫ ਸਿੱਖਾਂ ਦੀ ਮੂਵਮੈਂਟ ਹੈ ਜਾਂ ਸਿਰਫ ਪੰਜਾਬ ਦਾ ਮੁੱਦਾ ਹੈ ਉਨਾ ਨੂੰ ਕੀ ਤੁਸੀਂ ਦੱਸ ਸਕਦੇ ਹੋ ਜਤਿੰਦਰ ਜੀ ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਜਸਮੀਤ ਜੀ ਕਿ ਕਿਸ ਤਰ੍ਹਾਂ ਵੱਖ-ਵੱਖ ਬੈਕਗ੍ਰਾਉਂਡਸ ਦੇ ਲੋਕੀ ਆ ਕੇ ਖਾਸ ਕਰਕੇ ਮੈਡੀਕਲ ਸਾਈਟ ਤੇ ਆਪਣੀ ਹੈਲਪ ਆਪਣੀ ਸਪੋਰਟ ਪਾ ਰਹੇ ਜਤਿੰਦਰ ਜੀ ਪਹਿਲੇ ਤੁਸੀਂ ਪਲੀ ਮੈਂ ਸ਼ੁਰੂਆਤ ਕਰਾਂਗਾ ਜੇ ਤਾਹੂ ਕਿ ਪਹਿਲੀ ਗੱਲ ਤਾਂ ਜਿਹੜੀ ਨੋਟੇਸ਼ਨ ਬਣੀ ਆ ਕਿ ਵੀ ਸਿਰਫ ਪੰਜਾਬ ਦਾ ਮਸਲਾ ਇਹ ਟੋਟਲ ਗਲਤ ਗੱਲ ਹੈ ਇਹ ਪੂਰੇ ਇੰਡੀਆ ਦੇ ਕਿਸਾਨਾਂ ਦਾ ਮਸਲਾ ਤੇ ਪੂਰੇ ਕਿਸਾਨਾਂ ਦੀ ਲਾਈਵਲੀਹੂਡ ਤੇ ਅਟੈਕ ਹੈ ਬਿਲਕੁਲ ਤੇ ਇਸ ਮਹਮ ਦੇ ਵਿੱਚ ਪੰਜਾਬ ਨੇ ਪਹਿਲ ਕੀਤੀ ਹੈ ਲੀਡ ਕੀਤੀ ਤੇ ਲੀਡ ਕਰ ਰਿਹਾ ਪਰ ਇਸ ਵੇਲੇ ਔਨ ਗਰਾਉਂਡ ਹਰ ਕਮਿਊਨਿਟੀ ਤੋਂ ਹਰ ਸਟੇਟ ਤੋਂ ਬੰਦੇ ਜੁੜਦੇ ਪੈਨ ਫਾਰਮਰਸ ਈਵਨ ਵੋਲੰਟੀਅਰਸ ਬਹੁਤ ਜੁੜਦੇ ਵੈ ਤੁਸੀਂ ਸਾਡੀ ਐਮੂਲੈਂਸਿਸ ਦੇ ਵਿੱਚ ਜਾ ਕੇ ਵੀ ਦੇਖੋਗੇ ਸਾਡੇ ਜਿਹੜੇ ਵੋਲੰਟੀਅਰ ਡਾਕਟਰਸ ਨੇ ਉਹਨਾਂ ਚੋਂ ਕੱਲ ਮੈਂ ਇੱਕ ਵੀਡੀਓ ਸੀਗਾ ਇੱਕ ਮੁਸਲਮਨ ਡਾਕਟਰ ਵੀ ਸੀ ਕਿੱਡੇ ਨੇ ਸਾਡੇ ਨਾਲ ਜੁਆਇਨ ਕੀਤਾ ਲੋਕਲ ਹਿੰਦੂ ਵੋਲੰਟੀਅਰ ਵੀ ਜੁਆਇਨ ਕਰ ਰਹੇ ਨੇ ਸੋ ਬੇਸਿਕਲੀ ਸਾਡੀ ਆਰਗੇਨਾਈਜੇਸ਼ਨ ਵੀ ਵਰਕ ਵਿਦ एवरीवन ਅਸੀਂ ਵੀ ਓਨਲੀ ਸੀ ਵਨ ਰੇਸ ਐਸ ਹਿਊਮਨ ਜਸਟ ਲਾਈਕ ਗੁਰਗੋਬਿੰਦ ਸਿੰਘ ਸਾਹਿਬ ਸੈਡ ਤੇ ਬਿਲਕੁਲ ਠੀਕ ਗੱਲ ਕਹੀਏ ਤੁਸੀਂ ਇਹ ਸਿਰਫ ਸਿੱਖਾ ਦਾ ਮਸਲਾ ਨਹੀਂ ਐਸੇ ਪੰਜਾਬ ਦਾ ਮਸਲਾ ਨਹੀਂ ਇਹ ਸਾਰਿਆਂ ਦਾ ਮਸਲਾ ਹੈ ਤੇ ਐਫ ਆਈ ਆਈ ਜਿਹੜੀ ਹੈ ਜੰਗ ਜਿਹੜੀ ਹੈ ਸਾਰਿਆਂ ਨੇ ਇਕੱਠੇ ਰਲ ਕੇ ਹੀ ਜਿੱਤਨੀ ਹੈ ਸੀ ਜੀ ਜਸਮੀਤ ਜੀ ਤੁਸੀਂ ਇਸ ਜੋ ਇਹ ਸੈਂਟੀਮੈਂਟ ਸ਼ੇਅਰ ਹੋ ਰਿਹਾ ਹੈ ਉਹ ਉਹਦੇ ਤੇ ਤੁਸੀਂ ਕੀ ਚਾਨਣਾ ਪਾ ਸਕਦੇ ਹੋ ਤੁਸੀਂ ਔਨ ਦਾ ਗਰਾਉਂਡ ਕਿਸ ਤਰ੍ਹਾਂ ਦੀ ਸੋਲਿਡੈਰਿਟੀ ਕਿਸ ਤਰ੍ਹਾਂ ਦੀ ਯੂਨਿਟੀ ਵੇਖ ਰਹੇ ਹੋ ਪੰਜੀ ਦੇਖੋ ਸਭ ਤੋਂ ਪਹਿਲਾਂ ਠੀਕ ਇੱਕ ਗੱਲ ਬਿਲਕੁਲ ਠੀਕ ਹੈ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਇਹਨਾਂ ਨੇ ਮੋਰਚਾ ਮਾਰਿਆ ਸਟਾਰਟਿੰਗ ਵਿੱਚ ਤੇ ਜਦੋਂ ਇਹਨਾਂ ਦੀ ਇੰਨੀ ਮੁਸੀਬਤ ਤੇ ਨਾਲਵੇ ਦਿੱਲੀ ਪਹੁੰਚ ਕੇ ਜਦੋਂ ਪਹੁੰਚ ਕੇ ਇਹਨਾਂ ਨੇ ਡੇਰਾ ਲਾਏ ਨੇ ਤੇ ਦੂਸਰੇ ਜਿਹੜੇ ਸਟੇਟਸ ਦੇ ਕਿਸਾਨ ਨੇ ਹੁਣ ਇਹਨਾਂ ਦੀ ਸਪੋਰਟ ਦੇ ਵਿੱਚ ਅੱਗੇ ਕਾਫੀ ਆ ਗਏ ਨੇ ਤੇ ਕੱਲ ਵੀ ਮੈਂ ਦੇਖ ਰਿਹਾ ਸੀ ਰਾਤ ਨੂੰ ਜਦੋਂ ਅਸੀਂ ਗਰਾਊਂਡ ਤੋਂ ਵਾਪਸ ਆ ਕੇ ਮੈਂ ਨਿਊਜ਼ ਲਗਾ ਕੇ ਦੇਖੀ ਸੀ ਕਿ ਅਗਰ ਕੁਝ ਇਹਨਾਂ ਦਾ ਪਤਾ ਲੱਗੇ ਕਿ ਕੀ ਕਿਸਾਨਾਂ ਦਾ ਹੋ ਰਿਹਾ ਤੇ ਉਹਦੇ ਵਿੱਚ ਮੈਂ ਬੜੀ ਅੱਛੀ ਇੱਕ ਨਿਊਜ਼ ਦੇਖੀ ਸੀ ਕਿ ਕਿ ਜਿਹੜੇ ਹਰਿਆਣਾ ਦੇ ਜਿਹੜੇ ਖਾਪ ਖਾਪ ਕਹਿੰਦੇ ਇੱਥੇ ਹਰਿਆਣਾ ਦੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਫਾਰਮਰਸ ਦੇ ਹੁੰਦੇ ਆ ਉਹਨਾਂ ਨੇ ਵੀ ਕਿਹਾ ਕਿ ਅਸੀਂ ਮਤਲਬ ਬਾਈਕਾਟ ਕਰਾਂਗੇ ਸਰਕਾਰ ਦੇ ਜਿਹੜੇ ਬਿਲਸ ਨੇ ਤੇ ਇਹਨਾਂ ਨੂੰ ਕਿਸਾਨਾਂ ਨਾਲ ਅੱਜ ਉਹਨਾਂ ਨੇ ਮਾਰਚ ਕੱਢਣੇ ਹੈਗੇ ਤੇ ਰਾਜਸਥਾਨ ਦੇ ਵੀ ਕੁਝ ਇਨਫੈਕਟ ਕੀ ਰਾਜਸਥਾਨ ਨੇ ਕੁਝ ਮਿਨਿਸਟਰਸ ਨੇ ਵੀ ਇਹ ਕਿਹਾ ਹੈ ਕਿ ਭਾਜਪਾ ਦੇ ਮਿਨਿਸਟਰਸ ਵੀ ਸੀਗੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਭਾਜਪਾ ਤੋਂ ਅਸਤੀਫਾ ਦੇ ਦਾਂਗੇ ਅਗਰ ਤੁਸੀਂ ਜਦੋਂ ਅਗਰ ਫਾਰਮਰਸ ਦੇ ਬਿਲ ਵਾਪਸੀ ਨਹੀਂ ਲੈਂਦੇ ਮੁਹਿੰਮ ਜਿਹੜੀ ਹੈ ਇੱਕ ਵੱਡੀ ਹੋਣ ਜਾਣ ਵਾਲੀ ਹੈ ਤੇ ਸਪੋਰਟ ਇਹਨਾਂ ਨੂੰ ਹੁਣ ਸਾਰੀ ਥਾਂ ਤੋਂ ਆਉਣ ਲੱਗ ਗਿਆ ਜਿਹੜੇ ਐਟ ਲੀਸਟ ਫਾਰਮਰਸ ਚਿੰਨ੍ਹ ਵੀ ਸਟੇਟਸ ਦੇ ਫਾਰਮਰਸ ਨੇ ਤਾਮਿਲਨਾਡੂ ਕੇਰਲਾ ਕਰਨਾਟਕਾ ਮਹਾਰਾਸ਼ਟਰ ਐਮਪੀ ਸਭ ਜਗ੍ਹਾ ਤੋਂ ਇਹਨਾਂ ਨੂੰ ਸਪੋਰਟ ਪਹੁੰਚਣ ਵਾਲੀ ਹੈ ਜੀ ਜੀ ਥੈਂਕ ਯੂ ਸੋ ਮਚ ਜਸਮੀ ਸਿੰਘ ਜੀ ਤੁਸੀਂ ਸਾਡੇ ਨਾਲ ਜਿਹੜੇ ਇੰਡੀਆ ਤੋਂ ਯੂਨਾਈਟਿਡ 6 ਵੱਲੋਂ ਤੁਸੀਂ ਔਨ ਦਾ ਗਰਾਉਂਡ ਐਸ ਚੀਜ਼ ਤੇ ਸਾਡੇ ਲਈ ਇੱਕ ਵੈਰੀਫਿਕੇਸ਼ਨ ਦਿੱਤੀ ਕਿ ਨਾ ਕਿ ਸਿਰਫ ਕੰਮ ਹੋ ਰਿਹਾ ਬਟ ਕਿਸ ਤਰ੍ਹਾਂ ਲੋਕੀ ਹਰ ਪਾਸਿਓਂ ਆ ਕੇ ਇਸ ਸਟਰਗਲ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਆਪਣੀ ਸਪੋਰਟ ਪਾ ਰਹੇ ਇੱਕ ਛੋਟੀ ਜਿਹੀ ਬ੍ਰੇਕ ਲੈ ਦਿਆਂ ਤੁਸੀਂ ਕਿੱਥੇ ਨਾ ਜਾਓ ਹੋਰ ਮੈਂਬਰਸ ਯੂनाइटेड 6 ਦੀ ਟੀਮ ਤੋਂ ਸਾਨੂੰ ਜੁਆਇਨ ਕਰਨਗੇ ਤੇ ਸਾਨੂੰ ਹੋਰ ਇਸ ਮਸਲੇ ਬਾਰੇ ਇਸ ਮੁੱਦੇ ਬਾਰੇ ਜਾਣਕਾਰੀ ਪ੍ਰੋਵਾਈਡ ਕਰਨਗੇ ਬ੍ਰੇਕ ਤੋਂ ਬਾਅਦ ब्रिक्टो पब्लिक बार बॉडी फर्स्ट टाइम दा स्वागत ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਤੇ ਸਾਡਾ ਤਾਂ ਮੁੱਦਾ ਇੱਕ ਹੈਗਾ ਕਿ ਕਿਸ ਤਰ੍ਹਾਂ ਕਿਸਾਨਾਂ ਦੀ ਸਪੋਰਟ ਕੀਤੀ ਜਾਏ ਜੋ ਉਹਨਾਂ ਦੀ ਸਪੋਰਟ ਕਰ ਰਿਹਾ ਉਹਨਾਂ ਦੇ ਨਾਲ ਗੱਲ ਹੋ ਰਹੀ ਹੈ ਯੂनाइटेड 6 ਦੀ ਟੀਮ ਸਾਨੂੰ ਜੁਆਇਨ ਕਰੀ ਇੱਥੇ ਸਟੂਡੀਓ ਮੇਰੇ ਨਾਲ ਪਹੁੰਚੇ ਜਤਿੰਦਰ ਸਿੰਘ ਜੀ ਜੋ ਕਿ ਡਾਇਰੈਕਟਰ ਹਨ ਤੇ ਵੋਲੰਟੀਅਰਸ ਦੀ ਟੀਮ ਜੋ ਕਿ ਯੰਗ ਕਾਲਜ ਐਜੂਕੇਟਿਡ ਬੱਚੇ ਇਸ ਮੂਵਮੈਂਟ ਦੇ ਵਿੱਚ ਇੱਥੋਂ ਆਪਣਾ ਹਿੱਸਾ ਪਾ ਰਹੇ ਤੇ ਹੁਣ ਸਾਨੂੰ ਇਸ ਸੈਗਮੈਂਟ ਵਿੱਚ ਜੁਆਇਨ ਕਰੇ ਇੱਕ ਹੋਰ ਡਾਇਰੈਕਟਰ ਯੂनाइटेड 6 ਦੀ ਟੀਮ ਵੱਲੋਂ ਮਿਸਟਰ ਗੁਰਿੰਦਰ ਸਿੰਘ ਜੀ ਤੁਹਾਡਾ ਸਵਾਗਤ ਟੈਕਸਸ ਤੋਂ ਤੁਸੀਂ ਸਾਨੂੰ ਜੁਆਇਨ ਕਰ ਆ ਵੈਲਕਮ ਟੂ ਦ ਪ੍ਰੋਗਰਾਮ ਸਸਿਰਕਲ ਥੈਂਕ ਯੂ ਸੋ ਮਚ ਬੰਜੀ ਵਾਰਜੀ ਦਾ ਖਾਸਾ ਵਾਰਜੀ ਕੀ ਫਤਿਹ ਜੀ ਜੀ ਆਮ ਗੁਰਵਿੰਦਰ ਜੀ ਮੈਂ ਤੁਹਾਡੇ ਨਾਲ ਖਾਸ ਕਰਕੇ ਇੱਕ ਹੋਰ ਸੇਵਾ ਬਾਰੇ ਗੱਲ ਕਰਨਾ ਚਾਹੁੰਦੀ ਆ ਜੋ ਜਿਹਦੀ ਗੱਲ ਇਨਫ ਨਹੀਂ ਹੋ ਰਹੀ ਆਮ ਜੀ ਔਨ ਦਾ ਗਰਾਉਂਡ ਜਦੋਂ ਆਪਾਂ ਉਹਨਾਂ ਦੀ ਨੀਡਸ ਦੀ ਗੱਲ ਕਰਦੇ ਆ ਕਿ ਉਹਨਾਂ ਦੀ ਸਭ ਤੋਂ ਇੰਪੋਰਟੈਂਟ ਪ੍ਰਾਇੋਰਟੀ ਹੈਗੀ ਪਾਣੀ ਇੱਕ ਇਹੋ ਜੀ ਚੀਜ਼ ਬਣ ਜਾਂਦੀ ਐ ਜਿਹਦੇ ਨਾਲ ਨਾ ਕਿ ਸਿਰਫ ਤੁਸੀਂ ਪਾਣੀ ਪੀਣ ਲਈ ਤੁਹਾਨੂੰ ਚਾਹੀਦਾ ਤੁਸੀਂ ਆਪਣੇ ਆਪ ਨੂੰ ਸਾਫ ਸਫਾਈ ਰੱਖਣ ਲਈ ਤੁਹਾਨੂੰ ਪਾਣੀ ਚਾਹੀਦਾ ਖਾਣਾ ਪਕਾਉਣ ਲਈ ਪਾਣੀ ਚਾਹੀਦਾ ਮੈਂ ਚਾਹਾਂਗੀ ਤੁਸੀਂ ਸਾਨੂੰ ਥੋੜਾ ਜਿਹਾ ਦੱਸੋ ਕਿ ਇਸ ਤਰ੍ਹਾਂ ਪਾਣੀ ਦੀ ਸੇਵਾ ਇਸ ਵੇਲੇ ਯੂਨਾਈਟਿਡ ਸਿਕਸ ਪ੍ਰੋਵਾਈਡ ਕਰ ਰਿਹਾ ਇਸ ਫਾਈਟ ਦੇ ਵਿੱਚ ਅਲੀ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਰਹੀ ਹਾਂ ਤਕਰੀਬਨ 1 ਮਹੀਨਾ ਪਹਿਲਾਂ ਨਾ ਸਾਡੇ ਘਰ ਦੇ ਵਿੱਚ ਜਿਹੜੀ ਨਲਕਾ ਹੈਗਾ ਨਾਉਣ ਵਾਲਾ ਉਹ ਟੁੱਟ ਗਿਆ ਸੀਗਾ ਤੇ ਉਹਦੇ ਟੁੱਟਣ ਦੇ ਕਾਰਨ ਸਾਨੂੰ ਕੀ ਕਰਨਾ ਪਿਆ ਕੀ ਸਾਡੀ ਭਾਜਣਾ ਪੈ ਗਈਆਂ ਪਾਣੀ ਦੇ ਬੁਸ਼ਾਰਟ ਚੱਲ ਰਹੇ ਸੀਗੇ ਤੇ ਸਿਟੀ ਨੂੰ ਕਾਲਾ ਕਰੀਏ 911 ਨੂੰ ਇਹਨੂੰ ਤੇ ਸਿਟੀ ਇੱਕਦਮ ਆਏ ਉਹਨੇ ਪਾਣੀ ਬੰਦ ਕਰਤਾ ਉਹਦੇ ਤੋਂ ਪਹਿਲਾਂ ਸਾਡੀ ਭਾਜਣਾ ਪੈ ਗਈਆਂ ਸੀਗੇ ਕਿ ਅਸੀਂ ਬਾਲਟੀਆਂ ਫੜ ਫੜ ਕੱਪ ਪਰ ਪਰ ਪਾਣੀ ਭਰ ਰਹੇ ਸੀਗੇ ਕਿ ਯਾਰ ਇਹ ਤੋਂ ਬਿਨਾ ਸਾਡਾ ਗੁਜ਼ਾਰਾ ਕਿਵੇਂ ਹੋਊਗਾ ਸੋ ਇਹ ਚੀਜ਼ਾਂ ਮਹੱਤਵਪੂਰਨ ਹੁੰਦੀਆਂ ਨੇ ਕਿਉਂਕਿ ਸਾਨੂੰ ਪਤਾ ਕਿ ਅਸੀਂ ਨਹਾਉਣਾ ਪਾਣੀ ਦੇ ਨਾਲ ਆ ਅਸੀਂ ਪੀਣਾ ਪਾਣੀ ਨੂੰ ਆ ਅਸੀਂ ਭਾਂਡੇ ਧੋਣੇ ਪਾਣੀ ਪਾਣੀ ਦੇ ਨਾਲ ਅਸੀਂ ਖਾਣਾ ਪਾਣੀ ਨਾ ਬਣਾਉਣਾ ਆ ਅਸੀਂ ਕਪੜੇ ਪਾਣੀ ਨਾਲ ਧੋਣੇ ਆ ਤੇ ਸਾਨੂੰ ਕੁਝ ਘੰਟਿਆਂ ਲਈ ਪਾਣੀ ਬੰਦ ਕਰਨਾ ਪਿਆ ਘਰ ਦਾ ਤੇ ਸਾਨੂੰ ਇਹ ਨਹੀਂ ਸਮਝ ਆ ਰਹੀ ਸੀ ਕਿ ਖੱਬੇ ਪਾਸੇ ਚਲੀ ਭੱਜੇ ਸੱਜੇ ਪਾਸੇ ਚਲੀ ਉੱਪਰ ਜਾਈਏ ਥੱਲੇ ਜਾਈਏ ਪੂਰਾ ਜਿਵੇਂ ਇੱਕਦਮ ਕਮਲ ਹੋ ਜਾਂਦਾ ਕੀ ਯਾਰ ਹੋਊਗਾ ਕੀ ਤੇ ਹੁਣ ਜਿਹੜੇ ਸਾਡੇ ਵੀਰ ਤੇ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਸਾਡੇ ਬੱਚੇ ਸਾਡੀਆਂ ਮਾਤਾਂ ਵਾਂ ਕੁਝ 100 100 ਮੀਲ ਤੁਰ ਕੇ ਠੰਡ ਦੇ ਵਿੱਚ ਪਰਿਵਾਰਾਂ ਨੂੰ ਛੱਡ ਕੇ ਉਹ ਸਾਡੇ ਲਈ ਖੜਾ ਖੜੇ ਹੋ ਰਹੇ ਨੇ ਬਾਹਰ ਸੜਕਾਂ ਦੇ ਉੱਪਰ ਸੌ ਰਹੇ ਨੇ ਜਿਵੇਂ ਅਸੀਂ ਗੱਲ ਕਰਦੇ ਸੀਗੇ ਕਿ ਗੁਰੂ ਸਾਹਿਬ ਨੇ ਜਦ ਕੰਡਿਆਂ ਨੂੰ ਆਪਣਾ ਬਿਸਤਰ ਬਣਾਇਆ ਸੀ ਜੱਜਾ ਬਣਾਇਆ ਸਰ ਉਹ ਦਿਨ ਸਾਨੂੰ ਦੁਬਾਰਾ ਯਾਦ ਨਹੀਂ ਆਉਂਦੇ ਹੁਣ ਦਸੰਬਰ ਦਾ ਮਹੀਨਾ ਆਉਣ ਵਾਲਾ ਆ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵੇਲਾ ਆਉਣ ਵਾਲਾ ਆ ਜਿਹੜੀ ਅਸੀਂ ਸਰਸਾ ਨਦੀ ਪਾਰ ਕਰਦੇ ਆ ਤੇ ਉਦੋਂ ਸਿੰਘ ਵਿਛੜ ਜਾਂਦੇ ਨੇ ਪਰਿਵਾਰ ਵਿਛੋੜਾ ਹੁੰਦਾ ਆ ਤੇ ਹੁਣ ਕੀ ਹੋ ਰਿਹਾ ਆ ਹੁਣ ਸਾਡੇ ਪਰਿਵਾਰ ਹੀ ਵਿਛੜ ਰਹੇ ਨੇ ਪੰਜਾਬ ਤੋਂ ਸਰਦੀਆਂ ਦੇ ਵਿੱਚ ਤੇ ਸੜਕਾਂ ਤੇ ਰਾਤਾਂ ਗੁਜ਼ਾਰ ਰਹੇ ਨੇ ਤੇ ਅਸੀਂ ਮਹਿਸੂਸ ਕੀਤਾ ਕਿ ਜਿਹੜਾ ਪਾਣੀ ਆ ਜੇ ਇਹਦੀ ਸਪਲਾਈ ਨਾ ਮਿਲੇ ਤਾਂ ਫਿਰ ਕੀ ਸਾਡੇ ਵੀਰਾਂ ਦਾ ਬਣੇਗਾ ਕੀ ਸਾਡੀਆਂ ਭੈਣਾਂ ਦਾ ਬਣੇਗਾ ਸਾਡੀ ਬਜ਼ੁਰਗਾਂ ਦਾ ਬਣੇਗਾ ਤੇ ਕਿਵੇਂ ਗੁਜ਼ਾਰਾ ਹੋਵੇਗਾ ਅਸੀਂ ਜਾਣਦੇ ਆ ਕਿ ਪਾਣੀ ਤੋਂ ਬਿਨਾਂ ਬੰਦਾ ਕੁਝ ਕੁ ਦਿਨ ਸ਼ਾਇਦ ਕੁਝ ਕੁ ਪਲ گزار ਸਕਦਾ ਹੈ گزار ਸਕਦਾ ਉਹ ਤੋਂ ਬਿਨਾ ਉਹ ਤੋਂ ਬਾਅਦ ਉਹ ਬਿਮਾਰੀਆਂ ਜਿਹੜੇ ਡਿਜ਼ੀਜ਼ ਤਾਂ ਜਿਹੜੇ ਸਰੀਰਕ ਤੌਰ ਤੇ ਰੋਗ ਉਹਦੇ ਨਾਲ ਢਲ ਢਾਰਾਂ ਨਹੀਂ ਹੁੰਦਾ ਬੰਦੇ ਦਾ ਸੋ ਉਹਨੂੰ ਸਮਝਦੇ ਹਾਂ ਕਿਉਂਕਿ ਦਿੱਲੀ ਦਾ ਪਾਣੀ ਵੈਸੇ ਵੀ ਖਾਰਾ ਆ ਤੇ ਤਕਰੀਬਨ ਖਾਣ ਪੀਣ ਦੇ ਵਿੱਚ ਉਹ ਵਰਤੋਂ ਨਹੀਂ ਕੀਤੀ ਜਾ ਸਕਦੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਅਥਰੂ ਗੈਸ ਦਾ ਸਾਹਮਣਾ ਕਰਨਾ ਪੈ ਰਿਹਾ ਆ ਤੇ ਜਿਹੜੇ ਜੀ ਪੰਜ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗੇ ਜਿਹੜੀ ਇਹ ਪਾਣੀ ਦੀ ਕੈਨਨਸ ਬੁਛਾੜ ਵਰਤ ਮਾਰ ਰਹੀ ਸੀ ਨਾ ਖਸਾਨਾ ਤੇ ਉਹ ਗੱਟਰ ਤੋਂ ਪਾਣੀ ਕੱਢ ਕੇ ਉਹ ਸਿਟ ਰਹੇ ਸੀਗੇ ਸੋ ਇਹ ਕਈ ਬੰਦਿਆਂ ਨੂੰ ਪਤਾ ਨਹੀਂ ਹੈਗਾ ਕਿ ਦੇਖੋ ਉਹ ਕਿਸਾਨ ਇੱਕ ਤਾਂ ਹੁੰਦਾ ਕਿ ਤੁਸੀਂ ਕਿਸ ਨੂੰ ਰੋਕ ਰਹੇ ਹੋ ਕਿਸੇ ਦੇ ਖਿਲਾਫ ਜਾ ਰਹੇ ਹੋ ਇੱਕ ਹੁੰਦਾ ਕਿ ਤੁਸੀਂ ਉਹਦੇ ਮਨੁੱਖੀ ਤੌਰ ਤੇ ਉਹਨੂੰ ਇਨਸਾਨ ਵੀ ਨਹੀਂ ਸਮਝ ਰਹੇ ਗੱਟਰ ਤੋਂ ਤੁਸੀਂ ਪਾਣੀ ਚਾਕੇ ਕਿਸੇ ਤੇ ਸਿਟ ਰਹੇ ਹੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਦੀ ਜ਼ਹਿਨੀयत ਹੋਵੇਗੀ ਜਿਹੜਾ ਕੁਝ ਕਰ ਰਹੇ ਨੇ ਪਰ ਫਿਰ ਜਿਹੜੇ ਲਾਲ ਮੈਦਾਨ ਦੇ ਵਿੱਚ ਨਿੱਤਰ ਰਹੇ ਨੇ ਉਹਦਾ ਸਾਹਮਣਾ ਕਰ ਰਹੇ ਨੇ ਉਹਨਾਂ ਦੀ ਸੋਚ ਨਹੀਂ ਕੀ ਹੋਵੇਗੀ ਸੋ ਅਸੀਂ ਉਸੇ ਵੇਲੇ ਇਹ ਆ ਅਰੰਭਿਆ ਸੀਗਾ ਕਿ ਅਸੀਂ ਪਾਣੀ ਦਾ ਪ੍ਰਬੰਧ ਕਰੀਏ ਤੇ ਭੈਣ ਜੀ ਸ਼ੁਰੂ ਕੀਤਾ ਇੱਕ ਟੈਂਕਰ ਦੇ ਨਾਲ ਹੁਣ ਵਾਹਿਗੁਰੂ ਦੀ ਪਾਰ ਕਿਰਪਾ ਦੇ ਨਾਲ ਤਿੰਨ ਟੈਂਕਰ ਜਿਹਦੇ ਵਿੱਚ 18000 ਲੀਟਰ ਪਹਿਲਾਂ ਕੋਸ਼ਿਸ਼ ਕਰ ਰਹੇ ਸੀਗੇ ਜੀ ਇੱਕ ਟੈਂਕਰ ਇੱਕ ਦਿਨ ਦੇਢ ਦਿਨ ਦੇ ਵਿੱਚ ਅਸੀਂ ਉਹਦੇ ਹੀ ਵਰਤੋਂ ਕਰੀਏ ਹੁਣ ਤਿੰਨ ਟੈਂਕਰ ਦੋ ਵਾਰ ਘੇੜੇ ਮਾਰਦੇ ਨੇ ਰੋਜ਼ਾਨਾ ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਲੱਖ ਲੀਟਰ ਜਿਹੜਾ ਸ਼ੁੱਧ ਪਾਣੀ ਆ ਉਹ ਵਰਤੂ ਵਿੱਚ ਜਾ ਰਿਹਾ ਆ ਉਹ ਅਸੀਂ ਜਿਹੜੇ ਕਿਸਾਨਾਂ ਦੇ ਟਰਾਲੇ ਨੇ ਟੈਂਕੀਆਂ ਨੇ ਉਹਨਾਂ 'ਚ ਭਰ ਰਹੇ ਆ ਤੇ 10000 ਕਿਸਾਨਾਂ ਦੀ ਰੋਜ਼ਾਨਾ ਮਦਦ ਇਹ ਪਾਣੀ ਦੀ ਸਪਲਾਈ ਦੇ ਨਾਲ ਹੋ ਰਹੀ ਆ ਮੈਂ ਦੁਬਾਰਾ ਕਹਾਂਗਾ 10000 ਕਿਸਾਨਾਂ ਦੀ ਰੋਜ਼ ਇਹ ਪਾਣੀ ਦੀ ਸਪਲਾਈ ਦੇ ਨਾਲ ਮਦਦ ਹੋ ਰਹੀ ਆ ਤੇ ਜਿਹੜੇ ਸਾਡੇ ਨਾਲ ਉਹ ਵੀਰ ਜੁੜੇ ਨੇ ਨਾ ਟੈਂਕਰਾਂ ਦੇ ਨਾਲ ਤੇ ਟੈਂਕਰਾਂ ਦੇ ਉਹ ਕਹਿੰਦੇ ਪਾਈ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਇਸ ਸੇਵਾ ਦਾ ਹਿੱਸਾ ਬਣ ਰਹੇ ਆ ਤੁਸੀਂ ਸਾਨੂੰ ਮੌਕਾ ਦੇ ਰਹੇ ਹੋ ਇਹਦੇ ਤੋਂ ਵਧੀਆ ਖੁਸ਼ੀ ਸਾਨੂੰ ਕੀ ਹੋ ਸਕਦੀ ਆ ਖਾਸ ਤੌਰ ਤੇ ਉਹ ਗੁਰੂ ਨਾਨਕ ਸਾਹਿਬ ਦਾ ਸ਼ੁਕਰ ਮਨਾ ਰਹੇ ਨੇ ਜਿਨ੍ਹਾਂ ਦੇ ਗੁਰਪੁਰਬ ਅਸੀਂ ਸਾਰੇ ਮਨਾ ਰਹਿਆਂ ਦੁਨੀਆ ਭਰ ਦੀ ਗੁਰਨਾਨਕ ਨਾਮ ਲੇਵਾ ਸੰਗਤ ਤੇ ਭੈਣ ਜੀ ਮੈਨੂੰ ਨਾ ਇੱਕ ਜੰਗਨਾਮੇ ਦੇ ਵਿੱਚ ਇੱਕ ਪੰਕਤੀਆਂ ਮੈਨੂੰ ਯਾਦ ਆਉਂਦੀਆਂ ਨੇ ਸ਼ਾਹ ਮੁਹੰਮਦ ਨੇ ਜਿਹੜੀ ਲਿਖੀਆਂ ਸੀਗੀਆਂ ਕਿ ਲਗੀ ਧਮਕ ਸਾਰੇ ਹਿੰਦੁਸਤਾਨ ਦੇ ਅੰਦਰ ਦਿੱਲੀ ਆਗਰੇ ਹਾਸੀ ਹਿਸਾਰ ਮੀਆਂ ਬੀਕਾ ਨੇਰ ਗੁਲ ਨੇਰ ਪਾ ਪਕਨੇਰ ਜੈਪੁਰ ਪਾਇਆ ਭਾਜੜਾ ਜਮਨਾ ਤੋਂ ਪਾਰ ਮੀਆਂ ਚੜੀ ਸਭ ਪੰਜਾਬ ਦੀ ਬਾਦਸ਼ਾਹੀ ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ ਸ਼ਾਹ ਮੁਹੰਮਦ ਦਾ ਕਿਸੇ ਨਾ ਅਟਕਣਾਏ ਸਿੰਘ ਲੈਣਗੇ ਦਿੱਲੀ ਨੂੰ ਮਾਰ ਮੀਆਂ ਸੋ ਇਹ ਜਿਹੜੀਆਂ ਜਿਹੜਾ ਇਤਿਹਾਸ ਹੁੰਦਾ ਆ ਭੈਣ ਜੀ ਇਹ ਦੁਬਾਰਾ ਦਰਸਾਉਂਦਾ ਆ ਸਾਨੂੰ ਕਈ ਵਾਰ ਯਕੀਨ ਨਹੀਂ ਹੁੰਦਾ ਕਿ ਪੁਰਾਣੇ ਸਮੇਂ ਦੇ ਵਿੱਚ ਸਿੰਘਾਂ ਨੇ ਸਾਡੀ ਕੌਮ ਨੇ ਕਿਹੜੀਆਂ ਮੱਲਾਂ ਮਾਰੀਆਂ ਨੇ ਤੇਗੇ ਬਰਹੁ ਸਾਡੇ ਇਤਿਹਾਸਿਕ ਸਫਿਆਂ ਦੇ ਵਿੱਚ ਰਹਿ ਜਾਂਦੀਆਂ ਨੇ ਪਰ ਇਹ ਜੇ ਮਰਜੀਵੜੇ ਇਹ ਜੇ ਨੌਜਵਾਨ ਇਹ ਜੇ ਬਜ਼ੁਰਗ ਇਹ ਦੁਬਾਰਾ ਮੁੜ ਜਿਹੜਾ ਸਾਡਾ ਇਤਿਹਾਸ ਸੁਰਜੀਤ ਕਰਦੇ ਨੇ ਕਿ ਨਹੀਂ ਅਸੀਂ ਜੰਗਲਾਂ ਦੀ ਜੰਗਲਾਂ ਦੇ ਵਿੱਚ ਘੋੜੀਆਂ ਦੇ ਕਾਠੀਆਂ ਤੇ ਅਸੀਂ ਰਾਤਾਂ گزارੀਆਂ ਨੇ ਦਿਨ گزارੇ ਨੇ ਅੱਜ ਅਸੀਂ ਸੜਕਾਂ ਤੇ گزارਾਂਗੇ ਤੇ ਸਾਨੂੰ ਕੋਈ ਰੋਕ ਨਹੀਂ ਸਕਦਾ ਚਾਹੇ ਕੋਈ ਬੈਰੀਕੇਡ ਲਾ ਦੇਵੇ ਚਾਹੇ ਕੋਈ ਗਟਰਾ ਤੋਂ ਪਾਣੀ ਕੱਢ ਕੇ ਬੁਛਾੜ ਦੇ ਨਾਲ ਕੰਨ ਦੇ ਨਾਲ ਸਾਡੇ ਤੇ ਸਿੱਟਣ ਦੀ ਕੋਸ਼ਿਸ਼ ਕਰੇ ਚਾਹੇ ਕੋਈ लाठी ਚਾਰਜ ਕਰੇ ਚਾਹੇ ਕੋਈ ਅਥਰੂ ਗੈ ਸਾਡੇ ਤੇ ਸਿੱਟਣ ਦੀ ਕੋਸ਼ਿਸ਼ ਕਰੇ ਅਸੀਂ ਪਰ ਮਾਹੌਲ ਖਰਾਬ ਨਹੀਂ ਕਰਨਾ ਅਸੀਂ ਆਪਣਾ ਟੀਚਾ ਅਸੀਂ ਪਛਾਣਦੇ ਹਾਂ ਕੀ ਆ ਅਸੀਂ ਸਾਡੇ ਹੱਕ ਲੈਣਾ ਵੀ ਜਾਣਦੇ ਹਾਂ ਤੇ ਦੇਖੋ ਕਿੰਨੀ ਖੁਸ਼ੀ ਵਾਲੀ ਗੱਲ ਆ ਲੱਖਾਂ ਦੀ ਤਾਦਾਦ ਵਿੱਚ ਸਾਡੇ ਭੈਣ ਭਰਾ ਇਕੱਠੇ ਹੋ ਰਹੇ ਨੇ ਉੱਥੇ ਚਾਹੇ ਮੀਡੀਆ ਕੁਝ ਵੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਿਹਾ ਮੀਡੀਆ ਪੜਕਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਦੂਜੀ ਫਿਰਕਾ ਵਾਦੀ ਤਰੀਕੇ ਦੇ ਨਾਲ ਗੱਲ ਇਹਦੇ ਉੱਪਰ ਥੋਪਣ ਦੀ ਕੋਸ਼ਿਸ਼ ਕਰ ਰਿਹਾ ਪਰ ਜਿਹੜੇ ਸਾਡੀ ਕੌਮ ਆ ਦੇਖੋ ਅਸੀਂ ਜਦ ਸਾਡੀਆਂ ਭੈਣਾਂ ਨੂੰ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਲੈ ਕੇ ਜਾਂਦੇ ਸੀਗੇ ਉਦੋਂ ਅਸੀਂ ਕਿਸੇ ਦਾ ਧਰਮ ਨਹੀਂ ਪੁੱਛਿਆ ਜਦ ਗੁਰਦੁਆਰਾ ਸਾਹਿਬ ਤੋਂ ਅੱਧ ਵਿਚਾਲੇ ਲੰਗਰ ਛੱਡ ਕੇ ਅਸੀਂ ਮੁਸਲਮਾਨ ਵੀਰ ਦੀ ਧੀ ਨੂੰ ਛਡਾਉਣ ਜਾਂਦੇ ਆ ਉਦੋਂ ਅਸੀਂ ਕਿਸੇ ਦਾ ਧਰਮ ਨਹੀਂ ਪੁੱਛਿਆ ਤੇ ਅੱਜ ਜਦ ਅਸੀਂ ਕਿਸਾਨਾਂ ਦੇ ਮੋਢਲੇ ਹੱਕਾਂ ਲਈ ਸਾਡੀ ਧਰਤੀ ਲਈ ਸਾਡੀ ਮਾਂ ਲਈ ਅਸੀਂ ਜਦ ਹੱਕ ਲੈਣ ਜਾ ਰਹੇ ਹਾਂ ਅਸੀਂ ਕਿਸੇ ਦਾ ਧਰਮ ਨਹੀਂ ਪੁੱਛ ਰਹੇ ਪਰ ਇਹ ਗੱਲ ਜ਼ਰੂਰ ਫਕਰਿਆ ਸਾਨੂੰ ਮਾਣਿਆ ਕਿ ਸਿੱਖ ਹਮੇਸ਼ਾ ਹੱਕ ਲੈਣ ਦੇ ਵਿੱਚ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਵਿੱਚ ਤੇ ਹਾਂ ਦਾ ਨਾਰਾ ਮਾਰਨ ਦੇ ਲਈ ਹਮੇਸ਼ਾ ਅੱਗੇ ਰਹੇ ਨੇ ਤੇ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਗੁਰੂ ਸਾਹਿਬ ਦੀ ਸਾਨੂੰ ਸੇਧ ਮਿਲੀ ਆ ਤੇ ਦੁਬਾਰਾ ਮੈਂ ਕਵਾਂਗਾ ਜੀ ਜੇ ਅੱਜ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਸਹੀ ਮene ਇੱਕ ਸ਼ਰਧਾਂਜਲੀ ਪੇਟ ਕਰਨੀ ਆ ਗੁਰੂ ਨਾਨਕ ਸਾਹਿਬ ਜੀ ਦਾ ਅਸੀਂ ਗੁਰਪੁਰ ਮਨਾਉਣਾ ਆ ਤਾਂ ਗੁਰੂ ਸਾਹਿਬ ਦੇ ਫਲਸਫੇ ਤੇ ਸਾਨੂੰ ਚੱਲਣਾ ਪੈਣਾ ਆ ਜਿਹੜੇ ਗੁਰੂ ਨੇ ਦੁਨੀਆ ਦਾ ਕੋਈ ਕੋਨਾ ਨਹੀਂ ਛੱਡਿਆ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਤੇ ਸਾਡੇ ਵੀਰ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਦੇਖੋ ਕਿੱਥੋਂ ਕਿੱਥੋਂ ਤੱਕ ਕਿੱਥੋਂ ਕਿੱਥੋਂ ਪਹੁੰਚ ਰਹੇ ਨੇ ਕਿਵੇਂ-ਕਿਵੇਂ ਪਹੁੰਚ ਰਹੇ ਨੇ ਇਹੀ ਸੱਚ ਨੂੰ ਉਜਾਗਰ ਕਰਨ ਲਈ ਹਾਂ ਦਾ ਨਾਰਾ ਮਾਰਨ ਲਈ ਤੇ ਜਿਹੜੇ ਲਤਾੜੇ ਨੇ ਉਹਨਾਂ ਨੂੰ ਉਹਨਾਂ ਦੀ ਆਵਾਜ਼ ਬੁਲੰਦ ਕਰਨ ਲਈ ਤੇ ਯੂਨਾਈਟਿਡ ਸਟੇਟਸ ਬੜਾ ਫਕਰ ਤੇ ਮਾਣ ਮਹਿਸੂਸ ਕਰ ਰਹੀ ਹੈ ਕਿ ਸਾਨੂੰ ਕਾਲਪੁਰਖ ਨੇ ਮੌਕਾ ਦਿੱਤਾ ਸਾਨੂੰ ਇਹ ਹੌਸਲਾ ਵਸਾਈ ਦਿੱਤੀ ਤੇ ਤੁਹਾਡੀਆਂ ਵਰਗੀਆਂ ਭੈਣਾਂ ਨੇ ਵੀਰਾਂ ਨੇ ਸਹਿਯੋਗੀ ਸੱਜਣਾ ਨੇ ਸਾਨੂੰ ਇਹ ਆਵਾਜ਼ ਨੂੰ ਬੁਲੰਦ ਕਰਨ ਲਈ ਕਿ ਜਿੱਥੇ ਸਾਡੀ ਸੰਗਤ ਸਾਡੀ ਆਵਾਜ਼ ਸੁਣ ਸਕੇ ਸੱਚ ਨੂੰ ਸੁਣ ਸਕੇ ਇਹ ਤੁਸੀਂ ਮਾਧਿਅਮ ਦੇ ਰਹੇ ਸਾਨੂੰ ਪਲੇਟਫਾਰਮ ਤੇ ਰਹੀ ਸਾਨੂੰ ਇਹ ਮੌਕਾ ਦੇ ਰਹੇ ਹੋ ਅਸੀਂ ਬੜੇ ਤਹਿ ਦਿਲੋਂ ਧੰਨਵਾਦੀਆਂ ਅਸੀਂ ਨਾ ਚੀਜ਼ ਆ ਅਸੀਂ ਸਾਨੂੰ ਨਹੀਂ ਸਮਝ ਆਉਂਦੀ ਕਿ ਸਾਨੂੰ ਕਾਲਪੁਰਖ ਨੇ ਗੁਰੂ ਸਾਹਿਬ ਨੇ ਕਿਵੇਂ ਇਹ ਜੀ ਰਹਿਮਤ ਬਖਸ਼ੀ ਮਿਹਨਤ ਆਪਣੇ ਤੁਸੀਂ ਕਹਿ ਸਕੋ ਕਿਰਪਾ ਕੀਤੀ ਆ ਅਸੀਂ ਤਾਂ ਕਾਵਾਂਗੇ ਅਸੀਂ ਭਿਖਾਰੀ ਆ ਤੇ ਗੁਰੂ ਸਾਹਿਬ ਨੇ ਚਲੋ ਸਾਨੂੰ ਦੇਖ ਕੇ ਸਾਡੇ ਹੱਥਾਂ ਝੋਲੀ ਵਿੱਚ ਕੁਝ ਪਾ ਦਿੱਤਾ ਕਿ ਚਲੋ ਤੁਸੀਂ ਵੀ ਕੌਮ ਲਈ ਕੁਝ ਕਰੋ ਸਮਾਜ ਲਈ ਕੁਝ ਕਰੋ ਤੇ ਵਾਹਿਗੁਰੂ ਮੇਰਾ ਪਰੇ ਹੱਥ ਰੱਖੇ ਜੀ ਕਿ ਜਿਹੜੇ ਸਾਡੇ ਕਿਸਾਨ ਨੇ ਚਾਹੇ ਪਾਣੀ ਦੇ ਰਾਹੀ ਚਾਹੇ ਭੈਣ ਜੀ ਆਪਣੀ ਮੈਡੀਕਲ ਰਾਹੀ ਕਿਉਂਕਿ ਦੇਖੋ ਜਿਹੜੀ ਸਾਡੀ ਐਂਬੂਲੈਂਸਾਂ ਚੱਲ ਰਹੀਆਂ ਨੇ 1000 ਤੋਂ ਜ਼ਿਆਦਾ ਰੋਜ਼ਾਨਾ 1000 ਤੋਂ ਜ਼ਿਆਦਾ ਰੋਜ਼ਾਨਾ ਤੁਸੀਂ ਕਹਿ ਸਕਦੇ ਹੋ ਦਵਾਈਆਂ ਦੇ ਰਾਹੀ ਇਲਾਜ ਉਹਨਾਂ ਦੀ ਚੈੱਕਅਪਸ ਸੈਂਕੜੇ ਬੰਦਿਆਂ ਨੂੰ ਅਸੀਂ ਹਸਪਤਾਲ ਵੀ ਦਾਖਲ ਕਰਵਾਇਆ ਕਿਉਂਕਿ ਸਾਡੀ ਐਂਬੂਲੈਂਸਾਂ ਵਿੱਚ ਸਟ੍ਰੈਚਰਸ ਹੈਗੇ ਨੇ ਤੇ ਉਹ ਇੱਕਦਮ ਜਦ ਦੇਖਦੇ ਨੇ ਕੱਲ ਹੀ ਆਪਣੇ ਬਜ਼ੁਰਗ ਸਾਡੇ ਬਾਪੂ ਜੀ ਬੇਹੋਸ਼ ਹੋ ਗਏ ਸੀ ਸੜਕ ਤੇ ਤੇ ਉਹ ਇੱਕਦਮ ਦੇਖ ਕੇ ਉਹਨਾਂ ਨੂੰ ਹਸਪਤਾਲ ਵਿੱਚ ਲੈ ਕੇ ਜਾਂਦੇ ਨੇ ਤੇ ਰੋਜ਼ਾਨਾ ਦੀਆਂ ਕਹਾਣੀਆਂ ਨੇ ਅਣਗਿਣਤ ਕਹਾਣੀਆਂ ਨੇ ਪਰ ਇਹ ਗੱਲ ਆ ਕਿ ਜਦ ਤੁਸੀਂ ਸੱਚ ਤੇ ਹੱਕ ਦੇ ਨਾਲ ਖੜਦੇ ਹੋ ਤੇ ਕਾਲਪੁਰ ਦਾ ਉਹ ਟਾਸਰਾ ਦੇ ਉਹ ਟਾਸਰਾ ਨਾਲ ਹੁੰਦਾ ਆ ਤੇ ਕਾਫਲਾ ਵੱਧਦਾ ਰਹਿੰਦਾ ਆ ਹੁਣ ਦੂਜੀ ਸਟੇਟ ਦੇ ਕਿਸਾਨ ਵੀ ਦੇਖ ਰਹੇ ਨੇ ਕਿ ਯਾਰ ਅਸੀਂ ਪਹਿਲਾਂ ਤਾਂ ਆਵਾਜ਼ ਉਠਾਉਣ ਨੂੰ ਡਰਦੇ ਸੀਗੇ ਕਬਰੌਂਦੇ ਸੀਗੇ ਪਰ ਇਹ ਸਿੱਖਾਂ ਨੇ ਪੰਜਾਬੀਆਂ ਨੇ ਤਾਂ ਇਹਨਾਂ ਨੇ ਤਾਂ ਬਾਜ਼ੀ ਅੱਧੀ ਜਿੱਤੀ ਲਈ ਇਹ ਤਾਂ ਘੇਰ ਲਿਆ ਨੇ ਦਿੱਲੀ ਹੁਣ ਅਸੀਂ ਕਿਉਂ ਨਾ ਸਾਥ ਦੇਈਏ ਅਸੀਂ ਕਿਉਂ ਨਾ ਹਮਲਾ ਮਾਰੀਏ ਤੇ ਯੂਨਾਈਟਿਡ ਸਟੇਟਸ ਪੈਜੀ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਦੱਸਣਾ ਚਾਹਾਂਗੇ ਸਾਡੇ ਵੱਲੋਂ ਕਿਸੇ ਵੀ ਪ੍ਰਕਾਰ ਦੀ ਸਾਈਟਾ ਦਿੱਤੀ ਜਾ ਸਕਦੀ ਹੋਵੇ ਪੇਜ 'ਚ ਝਖੋ ਕੇ ਸਾਡੇ ਨਾਲ ਸੰਪਰਕ ਕਰਿਓ ਜਿਹੜੀ ਸਾਡੀ ਹੈਲਪਲਾਈਨ ਦਾ ਨੰਬਰ ਆ ਉਹ ਸਾਡੇ ਦਿੱਲੀ ਦਾ ਹੈਲਪਲਾਈਨ ਨੰਬਰ ਆ ਸਾਡੇ ਨਾਲ ਕੋਈ ਸੰਪਰਕ ਕਰਨਾ ਚਾਹੁੰਦਾ ਕੋਈ ਡਾਕਟਰ ਆ ਕੋਈ ਵਕੀਲ ਆ ਕੋਈ ਮਲਾਜ਼ਮ ਆ ਕੋਈ ਲਾਂਗਰੀ ਆ ਕੋਈ ਬੱਚਾ ਆ ਕੋਈ ਦਸਤਾਰਾ ਸਿਖਾਉਣਾ ਚਾਹੁੰਦਾ ਆ ਬਨਣਾ ਚਾਹੁੰਦਾ ਆ ਕਿਸੇ ਵੀ ਪ੍ਰਕਾਰ ਦੇ ਨਾਲ ਤੁਸੀਂ ਜੁੜਨਾ ਚਾਹੁੰਦੇ ਹੋ ਜਰੂਰ ਜੁੜੋ ਜਰੂਰ ਸਹਿਤ ਤੁਸੀਂ ਚਾਹੁੰਦੇ ਹੋ ਮੈਂ ਤੁਹਾਨੂੰ ਹੌਸਲਾ ਵਸਾਈ ਦੇਣਾ ਚਾਹੁੰਦੇ ਹਾਂ ਹਾਂਜੀ ਤੁਸੀਂ ਤੁਸੀਂ ਗੁਰਿੰਦਰ ਜੀ ਤੁਸੀਂ ਇੱਕ ਇਨਸੀਡੈਂਟ ਨੂੰ ਰੈਫਰੈਂਸ ਕੀਤਾ ਹੈ ਕਿ ਸਾਡੇ ਬਜ਼ੁਰਗ ਇੱਕ ਹੋਸ਼ ਹੋ ਗਈ ਸੀ ਉਸ ਵੀਡੀਓ ਨੂੰ ਮੈਂ ਦਿਖਾਣਾ ਚਾਹੁੰਦੇ ਹਾਂ ਈ ਵਿਊਅਰਸ ਲਈ ਇਹ ਵੀਡੀਓ ਤੁਹਾਡੀ ਟੀਮ ਨੇ ਸਾਡੇ ਨਾਲ ਸ਼ੇਅਰ ਕੀਤੀ ਹੈ ਕਿਸ ਤਰ੍ਹਾਂ ਯੂਨਾਈਟਿਡ 6 ਦੀ ਟੀਮ ਔਨ ਦਾ ਗਰਾਉਂਡ ਉਮ ਇਸ ਚੀਜ਼ ਦੇ ਵਿੱਚ ਆਪਣੀ ਆਪਣੀ ਸਪੋਰਟ ਪਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਉਮ ਕਿਸ ਤਰ੍ਹਾਂ ਜਦੋਂ ਔਨ ਦਾ ਗਰਾਉਂਡ ਉਮ ਇੱਕ ਬਜ਼ੁਰਗ बेहोश ਹੋਏ ਤੁਹਾਡੀ ਟੀਮ ਫਟਾਫਟ ਲੈ ਕੇ ਉਹਨਾਂ ਨੂੰ ਐਂਬੂਲੈਂਸ ਐਂਬੂਲੈਂਸ ਦੇ ਵਿੱਚ ਪਾ ਕੇ ਉਹਨਾਂ ਨੂੰ ਮੈਡੀਕਲ ਹੈਲਪ ਪ੍ਰੋਵਾਈਡ ਕਰਨ ਲੈ ਕੇ ਜਾ ਰਹੀ ਹੈ ਇਸ ਐਂਬੂਲੈਂਸ ਨੂੰ ਰਸਤਾ ਵੀ ਦਿੱਤਾ ਜਾ ਰਿਹਾ ਹੈ ਬਿਲਕੁਲ ਉਹਨਾਂ ਨੂੰ ਬਕਾਇਦਾ ਤੌਰ ਤੇ ਇੱਕ ਮੈਡੀਕਲ professionl ਦੇ ਨਾਲ ਚੈੱਕ ਅਪ ਕੀਤਾ ਜਾ ਰਿਹਾ ਸੋ ਇਸ ਤਰ੍ਹਾਂ ਦੀ ਅਗਰ ਆਪਾਂ ਗੱਲ ਕਰੀਏ ਰਿਐਲਿਟੀ ਕਿ ਕੀ ਔਨ ਦਾ ਗਰਾਉਂਡ ਹੋ ਰਿਹਾ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਦੀ ਚੀਜ਼ ਹੋ ਵੀ ਰਹੀ ਹੈ ਤੇ ਇਹਦੇ ਵਿੱਚ ਤੁਹਾਡੀ ਸਪੋਰਟ ਦੀ ਵੀ ਲੋੜ ਹੈ ਐਂਡ ਜੋ ਸੰਸਥਾਵਾਂ ਇਸ ਕੰਮ ਦੇ ਵਿੱਚ ਲੱਗੀਆਂ ਹੋਈਆਂ ਹਨ ਜਿਸ ਤਰ੍ਹਾਂ ਯੂਨਾਈਟਿਡ 6 ਦੇ ਨਾਲ ਸਾਡੀ ਗੱਲ ਚੱਲ ਰਹੀ ਹੈ ਖਾਸ ਕਰਕੇ ਜਿੱਥੇ ਮੈਡੀਕਲ ਹੈਲਪ ਦੀ ਗੱਲ ਆਉਂਦੀ ਹੈ ਜੋ ਇਨਫ ਨਹੀਂ ਪ੍ਰੋਵਾਈਡ ਹੋ ਰਹੀ ਉਹਦੇ ਵਿੱਚ ਕਿਸ ਤਰ੍ਹਾਂ ਤੁਸੀਂ ਆਪਣੀ ਸਪੋਰਟ ਪਾ ਕੇ ਇਸ ਸੰਸਾ ਦੀ ਸਪੋਰਟ ਕਰ ਸਕਦੇ ਹੋ ਕਿਸਾਨਾਂ ਦੀ ਤੇ ਉਹਨਾਂ ਦੀ ਜੰਗ ਵਿੱਚ ਉਹਨਾਂ ਦੀ ਸਪੋਰਟ ਕਰ ਸਕਦੇ ਹੋ ਜਤਿੰਦਰ ਜੀ ਮੈਂ ਤੁਹਾਡੇ ਨਾਲ ਇਸ ਬਾਰੇ ਹੋਰ ਗੱਲ ਕਰਨਾ ਚਾਹਾਂਗੀ ਕਿ ਕਿਸ ਤਰ੍ਹਾਂ ਸਾਡੇ ਈਵਰਸ ਜੋ ਵੇਖ ਰਹੇ ਆ ਆਪਣੀ ਆਪਣਾ ਹਿੱਸਾ ਪਾ ਸਕਦੇ ਆ ਆਈ ਥਿੰਕ ਬ੍ਰੇਕ ਲਈ ਰੁਕਣਾ ਪੈ ਰਿਹਾ ਗੁਰਵਿੰਦਰ ਜੀ ਥੈਂਕ ਯੂ ਸੋ ਮੱਚ ਫॉर ਜੁਆਇਨਿੰਗ ਅਸ ਟੈਕਸਿਸ ਤੋਂ ਤੁਸੀਂ ਨਾਲ ਜੁੜੇ ਈਵਰਸ ਤੁਸੀਂ ਕਿੱਥੇ ਨਾ ਜਾਓ ਗੱਲ ਇਸੇ ਤਰ੍ਹਾਂ ਚੱਲ ਜਾਈ ਰਹੇਗੀ ਬ੍ਰੇਕ ਤੋਂ ਬਾਅਦ ब्रेक ਤੋਂ ਬਾਅਦ ਇੱਕ ਬੜੀ ਫੇਰ ਸਾਇੰਦ ਦਾ ਸਵਾਗਤ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਸਾਡਾ ਦਾ ਮੁੱਦਾ ਇਹੀ ਹੈ ਕਿ ਕਿਸਾਨਾਂ ਦੀ ਕਿਸ ਤਰ੍ਹਾਂ ਸਪੋਰਟ ਹੋ ਸਕਦੀ ਹੈ ਹੈਲਪ ਹੋ ਸਕਦੀ ਹੈ ਜਿਸ ਗੋਲ ਪਿੱਛੇ ਉਹ ਪੰਜਾਬ ਤੋਂ ਦਿੱਲੀ ਤੱਕ ਰਵਾਨਾ ਹੋਏ ਨੇ ਦਿੱਲੀ ਪਹੁੰਚ ਗਏ ਉੱਥੇ ਹੁਣ ਬੈਠੇ ਹੈ ਆਪਣੇ ਹੱਕਾਂ ਲਈ ਕਾਡੀ ਵੀ ਆਵਾਜ਼ ਕਾਡੀ ਵੀ ਸਪੋਰਟ ਉਹਨਾਂ ਨੂੰ ਚਾਹੀਦੀ ਹੈ ਤੇ ਯੂनाइटेड 6 ਸੰਸਥਾ ਇਸ ਕੰਮ ਵਿੱਚ ਲੱਗੀ ਹੋਈ ਹੈ ਉਹਨਾਂ ਦੀ ਟੀਮ ਸਾਨੂੰ ਜੁਆਇਨ ਕਰ ਰਹੀ ਹੈ ਆਮ ਵਰਕ ਵਰਕ ਥੋੜੀ ਟੀਮ ਮੈਂਬਰਸ ਇੰਡੀਆ ਤੋਂ ਟੈਕਸਿਸ ਤੋਂ ਸਾਡੇ ਨਾਲ ਜੁੜੇ ਉਹਨਾਂ ਨੇ ਸਾਨੂੰ ਨਾ ਕਿ ਸਿਰਫ ਔਨ ਦਾ ਗਰਾਉਂਡ ਰਿਐਲਿਟੀ ਦੱਸੀ ਬਟ ਇੱਕ ਅਪੀਲ ਕੀਤੀ ਸਾਡੇ ਵਿਊਅਰਸ ਲਈ ਕਿ ਕਿਸ ਤਰ੍ਹਾਂ ਲੋਕਾਂ ਨੂੰ ਹਰ ਇੱਕ ਬੰਦੇ ਨੂੰ ਜੋ ਸਾਨੂੰ ਵੇਖ ਰਿਹਾ ਅੱਜ ਕਿਸ ਤਰ੍ਹਾਂ ਉਹਨਾਂ ਦੀ ਸਹਿਯੋਗ ਦੀ ਸਪੋਰਟ ਦੀ ਉਹਨਾਂ ਦੀ ਅਵੇਅਰਨੈਸ ਦੀ ਲੋੜ ਹੈ ਇਸ ਜੰਗ ਨੂੰ ਅਗਰ ਆਪਾਂ ਜਿੱਤਣਾ ਹੈ ਮੈਂ ਚਾਹਾਂਗੀ ਕਿ ਜੋ ਯੂਥ ਸਾਡੇ ਨਾਲ ਸਟੇਬਲ ਤੇ ਬੈਠਾ ਹੈ ਵੋਲੰਟੀਅਰ ਤੌਰ ਤੇ ਅਮਰੀਕਨ ਐਜੂਕੇਟਿਡ ਕਾਲਜ ਦੇ ਸਿਸਟਮ ਵਿੱਚੋਂ ਲਿਖਲੇ ਹੋਏ ਤੁਸੀਂ ਬੱਚੇ ਹੈਗੇ ਯੂ ਆਰ ਸੋ ਪਾਰਟ ਆਫ ਦਾ ਬਰੂ ਕਾਲਜ ਸਿਸਟਮ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਉਹ ਯੰਗਰ ਮੈਂਬਰਸ ਸਾਡੇ ਵਿਊਅਰ ਬੇਸ ਤੋਂ ਜੋ ਸ਼ਾਇਦ ਇਸ ਮੂਵਮੈਂਟ ਦੇ ਨਾਲ ਵਾਕਿਫ ਹਨ ਬਟ ਇੰਨੇ ਜ਼ਿਆਦਾ ਇਨਵੋਲਵ ਨਹੀਂ ਹੈਗੇ ਸੋ ਅਮ ਓਨੈਸਟਲੀ ਦਾ ਈਜ਼ੀਅਸਟ ਵੇ ਟੂ ਗੈਟ ਇਨਵੋਲਵ ਆਈ ਅੰਡਰਸਟੈਂਡ ਇਟਸ ਹਾਰਡਰ ਟੂ ਹੈਵ ਥੈਟ ਟੈਂਜਿਬਲ ਕਨੈਕਸ਼ਨ ਥੈਟ ਵੀ That we do not have living here, living in the city, living in the suburbs, living in America. Not all of us have the kith or the relatives as close to us, and we don't have that tangible connection. But for those, for to build that tangible connection, those are up and those are our kith. That's our Punjab, and the, if we can't. Be there and helping to support the protests. What we can do on the other side is educate ourselves and educate everyone around us about the humanitarian crisis that's going on right now. This is not just you know India versus farmers or anything. Farmers are the ones that put food on everyone's tables. This is a world. This is a crisis that the world should be paying attention to, and it's literally in our hands to take care of that. Whether that means um, connecting with the right people on Twitter, changing your feeds up so that way you learn more, you follow. People who are informing you about the crisis going on, you see more of it, and you educate yourself, and that way you can educate your family and your friends too. So, now even if money is not our primary thing that we can donate, so our education and our time, even a retweet changes it because you read what's on your feed, and when you retweet it, it goes to your circle. Or if you share something, it goes to your circle. Someone else sees it, it goes to the bigger circle. So, if money is not something that we can donate, um, definitely check out our Instagram too, Baruch, at Baruch6. Um, the donation links are in our bios, and we are also constantly updating our stories and our Instagrams to provide the most accurate and up to date information possible. And if we cannot provide it, we are directing our followers on where they can find it as well. Just so, yeah. <laughs> so sitting at home, uh, we can make a difference even if we don't have the connection in India that we don't even know anyone in India. we can still donate as she had just mentioned so just thakiranne kiya tusi kare baithe vi ek badlav la sakde ho jidda ke je to manno je thode to thoda kitta kholitta jave thoda kam kholitta jave tusi rozgar kittho kamana tusi roti kittho khani hai thonu ta hath paeran di pai jani hai isli ek zameen farming kisana da kitta hai onna di rozi roti onna di ruh hai ਮਿੱਟੀ ਨੂੰ ਆਪਣੀ ਮਾਂ ਮੰਨਦੇ ਨੇ ਜੇ ਤੁਹਾਡੇ ਤੋਂ ਧੀ ਮਾਂ ਖੋਹ ਲਈ ਜਾਵੇ ਤੁਸੀਂ ਕਿੱਥੇ ਜਾਓਗੇ ਇਸ ਲਈ ਮੇਰੀ ਤੁਹਾਨੂੰ ਇਹੀ ਅਪੀਲ ਹੈ ਤੁਸੀਂ ਸਾਡੀ ਸਪੋਰਟ ਕਰੋ ਯੂनाइटेड 6 ਦੀ ਸਪੋਰਟ ਕਰੋ ਕਿਸਾਨਾਂ ਦੀ ਸਪੋਰਟ ਕਰੋ ਸਾਡੇ ਥਰੂ ਕਰੋ ਚਾਹੇ ਇੰਡੀਵਿਜੂਅਲੀ ਕਰੋ ਚਾਹੇ ਮੋਨਿਟਰੀਲੀ ਕਰੋ ਚਾਹੇ ਸੋਸ਼ਲ ਮੀਡੀਆ ਤੇ ਅਵੇਅਰਨੈਸ ਫੈਲਾ ਕੇ ਕਰੋ ਪਲੀਜ਼ ਇਹਨੂੰ 올ਓਵਰ ਦ ਵਰਲਡ ਸਪਰੈਡ ਕਰੋ ਤੇ ਸਾਡੀ ਹੈਲਪ ਕਰੋ ਐਂਡ ਆਫ ਦ ਡੇ ਕਿਸਾਨਾਂ ਨੂੰ ਜਿਹੜਾ ਉਹਦਾ ਹੱਕ ਹੈ ਉਹ ਮਿਲਣਾ ਚਾਹੀਦਾ ਜੀ ਜਤਿੰਦਰ ਜੀ ਅਨਫੋਰਚਨਟਲੀ ਸਮਾਂ ਸਾਡੇ ਕੋਲ ਜ਼ਿਆਦਾ ਨਹੀਂ ਰਹਿ ਗਿਆ ਆਫ ਕੋਰਸ ਯੂਨਾਈਟਿਡ 6 ਦੀ ਜੋ ਐਫਰਟਸ ਹਨ ਜਿਸ ਤਰ੍ਹਾਂ ਚੱਲ ਰਹੀਆਂ ਜਿਸ ਤਰ੍ਹਾਂ ਅੱਗੇ ਵਧਣੀ ਆਏ ਜਦੋਂ ਤੱਕ ਇਹ ਇਸ਼ੂ ਰਿਸੋਲਵ ਨਹੀਂ ਹੁੰਦਾ ਇਹਦੇ ਤੇ ਸਾਡੀ ਕਵਰੇਜ ਤੇ ਤੁਹਾਡਾ ਕੰਮ ਜਾਰੀ ਰਹਿਣਾ ਤੇ ਸਾਡੀ ਤੁਹਾਡੇ ਨਾਲ ਗੱਲ ਫਿਰ ਹੋਏਗੀ ਇਸ ਚੀਜ਼ ਨੂੰ ਲੈ ਕੇ ਬਟ ਅੱਜ ਕਲੋਜ਼ਿੰਗ ਵਿੱਚ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਭਈ ਜਿਹੜੀ ਸਾਡੀ ਕਮਿਊਨਿਟੀ ਅਕ੍ਰੋਸ ਦਾ ਗਲੋਬ ਸਪਰੈਡ ਆਊਟ ਹੈਗੀ ਆ ਖਾਸ ਕਰਕੇ ਯੂਐਸ ਕਾਉਂਟ ਦੇ ਜਿਨ੍ਹਾਂ ਨੂੰ ਮੈਂ ਕਲੋਜ਼ਲੀ ਮਾਨੀਟਰ ਕੀਤੀ ਹੈ ਐਵਰੀਬਾਡੀ ਇਜ਼ ਸੋ ਵੈਲ ਕਨੈਕਟਿਡ ਅੰਦਰੋਂ ਉਹਨਾਂ ਦੀ ਖੇਚ ਹੈਗੀ ਹੈ ਕਿ ਅਸੀਂ ਵੀ ਕੁਝ ਕਰ ਸਕੀਏ ਆਪਣੀ ਕੌਮ ਲਈ ਇੱਥੇ ਦੂਰ ਬੈਠੇ ਹਜ਼ਾਰਾਂ ਮੀਲ ਅਸੀਂ ਕੀ ਕਰ ਸਕਦੇ ਹਾਂ ਬੜਾ ਵੱਡਾ ਸਵਾਲ ਹੈ ਬੰਦੇ ਪੁੱਛਦੇ ਆ ਵਾਟ ਕੈਨ ਵੀ ਡੂ ਕਿਡਸ ਪੁੱਛਦੇ ਆ ਯੂਥ ਇਟਸ ਇਟਸ ਲਾਈਕ ਦੇ ਆਰ ਵਿਲਿੰਗ ਡਾਈਂਗ ਟੂ ਡੂ ਸਮਥਿੰਗ ਰਾਈਟ ਸੋ ਬੈਸਟ ਥਿੰਗ ਯੂ ਕੈਨ ਡੂ ਇਜ਼ ਵੋਲੰਟੀਅਰ ਭਾਵੇਂ ਇੰਡੀਆ ਦੇ ਵਿੱਚ ਭਾਵੇਂ ਲੋਕਲ help spread the message on our social media jede sade videos posts aa rahi hain spread the message it's very important agar koi negative posting aandi hai ke to counter-comment corona de vich. this is mm -hmm. how we fight mm -hmm. today's fight is jadiya media the media. we are in control remember that third monetary study fundraising you've seen the projects we're doing in india it's, it costs a lot 100000 liters a day of clear water and doctors nurses ambulances thousand plus medicines a day it costs a lot of money. Mm -hmm. okay mm -hmm. so mm -hmm. as sarajada, funding and the volunteers through on the sorry, donations on the help us raise funds so we never run out of money to serve the humanity to serve the people in need it's very important so there's many different ways you can assist if you're an attorney you can help us with legal you know uh, avenues if you're in medical field help us in different avenues any other field you can always assist remember united6.org information available there's a tab for donation there's a tab for volunteer Saudi organization is based on th two pillars mm -hmm. volunteers and donations mm -hmm. it's very important support the Kisan mission support all humanitarian missions support United States that's our appeal and as you said the youth you heard everybody youth can do a lot today youth can do a lot more than ਹਾਂ ਜੀ ਨਹੀਂ ਬਟ ਇਹ ਸਾਨੂੰ ਸਾਰਿਆਂ ਨੂੰ ਹਾਂ ਜੀ ਬਟ ਸਾਨੂੰ ਸਾਰਿਆਂ ਨੂੰ ਇਸ ਵੇਲੇ ਇਕੱਠੇ ਹੋਣਾ ਪੈਣਾ ਹੈ ਭਾਵੇਂ ਯੂਥ ਹੋਏ ਬਜ਼ੁਰਗ ਹੋਏ ਸਾਡੇ ਇੱਥੇ ਦੇ ਬਿਜ਼ਨਸ ਪ੍ਰੋਫੈਸ਼ਨਲਸ ਰਿਲੀਜੀਅਸ ਲੀਡਰਸ ਕਮਿਊਨਿਟੀ ਲੀਡਰਸ ਇਹ ਤੁਹਾਡੇ ਸਾਰਿਆਂ ਲਈ ਇੱਕ ਕਾਲ ਟੂ ਐਕਸ਼ਨ ਹੈਗੀ ਕਿ ਤੁਸੀਂ ਕਿਸ ਤਰ੍ਹਾਂ ਆਪਣਾ ਹਿੱਸਾ ਪਾ ਰਹੇ ਹੋ ਇਸ ਜੰਗ ਦੇ ਵਿੱਚ ਜੋ ਸਾਡੀ ਸਾਰਿਆਂ ਦੀ ਲੜਾਈ ਹੈ ਕਿਸੇ ਇਕੱਲੇ ਦੀ ਨਹੀਂ ਨਾ ਕਿਸੇ ਧਰਮ ਦੀ ਨਾ ਕਿਸੇ ਕਿਸਾਨ ਦੀ ਸਾਡੇ ਸਾਰਿਆਂ ਦੀ ਇਹ ਲੜਾਈ ਹੈ ਸਾਡੇ ਸਾਰਿਆਂ ਤੇ ਇਹ ਰਿਸਪੌਂਸਿਬਿਲਟੀ ਪੈਂਦੀ ਹੈ ਕਿ ਕਿਸ ਤਰ੍ਹਾਂ ਆਪਾਂ ਇਸ ਚੀਜ਼ ਨੂੰ ਅੱਗੇ ਮੂਵ ਕਰਨਾ ਹੈ positive direction in which and also ਟਾਪਿਕ ਨੂੰ ਲੈ ਕੇ ਕਿ ਕਿਸ ਤਰ੍ਹਾਂ ਗਵਰਨਮੈਂਟ ਦੀ ਨੈਗੋਸ਼ੀਏਸ਼ਨਸ ਇਸ ਮੁੱਦੇ ਨੂੰ ਲੈ ਕੇ ਵਾਧੀਆਂ ਉਹਦੇ ਤੇ ਵੀ ਕਵਰੇਜ ਪ੍ਰੋਵਾਈਡ ਕਰਾਂਗੇ ਤੇ ਹੋਰ ਤੁਹਾਡੇ ਲਈ ਪ੍ਰੋਗਰਾਮਸ ਇਸ ਪੂਰੇ ਹਫਤੇ ਇਸ ਹੀ ਮੁੱਦੇ ਤੇ ਪ੍ਰੋਵਾਈਡ ਕਰਾਂਗੇ ਕਿ ਕਿਸ ਤਰ੍ਹਾਂ ਤੁਸੀਂ ਵੀ ਆਪਣਾ ਸਹਿਯੋਗ ਆਪਣੀ ਸਪੋਰਟ ਪਾ ਸਕਦੇ ਹੋ ਇਸ ਮੁੱਦੇ ਵਿੱਚ ਇਨਵੋਲਵ ਹੋ ਸਕਦੇ ਹੋ ਇੱਥੇ ਸਾਨੂੰ ਸਾਰਿਆਂ ਨੂੰ ਹੁਣ ਪ੍ਰੋਗਰਾਮ ਦੀ ਸਮਾਪਤੀ ਕਰਨੀ ਪੈ ਰਹੀ ਹੈ ਸਮਝ ਨਹੀਂ ਇਜਾਜ਼ਤ ਦਿੰਦਾ ਬੜੇ ਬੜੀ ਫਿਰ ਯੂਨਾਈਟਿਡ 6 ਦੀ ਟੀਮ ਸਾਡੇ ਨਾਲ ਜੁੜੀ ਉਹਨਾਂ ਦੇ ਡਾਇਰੈਕਟਰ ਜਤਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਟੈਕਸਿਸ ਤੋਂ ਉਹਨਾਂ ਦੇ ਡਾਇਰੈਕਟਰ ਇੰਡੀਆ ਤੋਂ ਜਸਮੀਤ ਸਿੰਘ ਜੀ ਸਾਡੇ ਨਾਲ ਜੁੜੇ ਤੇ ਵੋਲੰਟੀਅਰਸ ਦੀ ਯੂਥ ਟੀਮ ਇੱਥੇ ਪਹੁੰਚੀ ਹੈ ਇੱਕ ਬਾਰੀ ਫੇਰ ਮੈਸੇਜ ਇਹੀ ਹੈ ਕਿ ਅਗਰ ਤੁਸੀਂ ਹੈਲਪ ਕਰਨੀ ਹੈ ਤੁਸੀਂ ਉੱਥੇ ਜਾ ਕੇ ਨਹੀਂ ਕਰ ਸਕਦੇ ਕੋਈ ਗੱਲ ਨਹੀਂ ਸਕਰੀਨ ਤੇ ਲਿਖੇ ਨੰਬਰਸ ਨੂੰ ਤੁਸੀਂ ਕੰਟੈਕਟ ਕਰਕੇ ਆਪਣਾ ਸਹਿਯੋਗ ਪਾ ਸਕਦੇ ਹੋ ਹੁਣ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ ਸੈਸ਼ਰ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ